ਵਾਹਿਗੁਰੂ 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 ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਜੀ ਦੀ ਜੁੜ ਬੈਠੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੋ ਪਿਆਰਿਓ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਰੂ ਆਪਣਾ ਮਾਰਗਦਰਸ਼ਨ ਕਰਦੇ ਨੇ ਮਾਰਗਦਰਸ਼ਨ ਦਾ ਮਤਲਬ ਹੁੰਦਾ ਹੈ ਜਿਦੋਂ ਆਪਾਂ ਪੁੱਲ ਚੁੱਕੇ ਹਾਂ ਉਹ ਪੁੱਛ ਲੈਣਾ ਕਿਸੇ ਨੂੰ ਤੇ ਹੁਣ ਆਪਾਂ ਸਾਰੇ ਹੀ ਭੁੱਲੇ ਹੋਏ ਸੀਗੇ ਆਪਣਾ ਪਛੋਕੜ ਆਪਣਾ ਮੂਲ ਆਪਣਾ ਘਰ ਆਪਣੇ ਆਪ ਨੂੰ ਰਸਤੇ ਨੂੰ ਜਿਸ ਰਸਤੇ ਤੇ ਚੱਲ ਕੇ ਅਸੀਂ ਵਾਪਸ ਆਪਣੇ ਮੂਲ ਕੋਲੇ ਜਾਣਾ ਆਪਣੇ ਘਰੇ ਜਾਣਾ ਉਹ ਸਾਰਾ ਕੁਝ ਭੁੱਲੇ ਹੋਏ ਸੀ ਤੇ ਭੁੱਲੇ ਕਿਵੇਂ ਸੀ ਭੁਲਾਇਆ ਗਿਆ ਸੀ ਕੀ ਕੀਤਾ ਗਿਆ ਸੀ ਜੀ ਭੁਲਾਇਆ ਗਿਆ ਸੀ ਮਾਲਕ ਨੇ ਸੰਸਾਰ ਰਚ ਕੇ ਇਹਦੇ ਵਿੱਚ ਸਾਡੇ ਮਨ ਨੂੰ ਇਹ ਸਰੀਰ ਦੇ ਕੇ ਦੋ ਸਰੀਰ ਦੇ ਕੇ ਇੱਥੇ ਤ੍ਰੈ ਗੁਣ ਜਿਹੜੀ ਮਾਇਆ ਹੈ ਜਿੰਨੂੰ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਵੀ ਇੱਕ ਦ੍ਰਿਸ਼ਮਣ ਮਾਇਆ ਹੈ ਇੱਕ ਸੂਖਮ ਮਾਇਆ ਹੈ ਦ੍ਰਿਸ਼ਮਣ ਮਾਇਆ ਹੁੰਦੀ ਹੈ ਜਿਹੜੀ ਦਿਸਦੀ ਹੈ ਧੀਆ ਪੁੱਤ ਸਰੀਰ ਦਿਸਦੇ ਨੇ ਇਹ ਵੀ ਮਾਇਆ ਮਾਂ ਪਿਓ ਘਰ ਬਿਲਡਿੰਗਾਂ, ਘਾਰਾਂ ਕੋਠੀਆਂ, ਜ਼ਮੀਨਾਂ ਜਾਇਦਾਦਾਂ ਇਵਨ ਇੱਥੋਂ ਤੱਕ ਕਿ ਜੋ ਆਪਣਾ ਖੁਦ ਦਾ ਚੰਮ ਦਾ ਸਰੀਰ ਇਹ ਵੀ ਮਾਇਆ ਹੈ। ਇਹਨੂੰ ਦ੍ਰਿਸ਼ਮਨ ਮਾਇਆ ਕਹਿੰਦੇ ਨੇ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹਦਾ ਸਾਰਾ ਭੇਦ ਦਿੰਦੇ ਨੇ। ਖੰਡ ਪਤਾਲ, ਦੀਪ ਸਭ ਲੋਹਾ ਕਾਲੇ ਕੇ ਵਸ ਆਪ ਪ੍ਰਭ ਕੀਆ। ਕਹਿੰਦੇ ਜਿੰਨੀ ਵੀ ਦ੍ਰਿਸ਼ਮਨ ਮਾਇਆ ਹੈ ਇਹਨੂੰ ਕਾਲ ਦੇ سپرد ਕੀਤਾ ਹੈ। ਹੁਣ ਇਹ ਮਾਇਆ ਆਪਣੇ ਸਰੀਰ ਤੋਂ ਸ਼ੁਰੂ ਹੋਗੀ ਆਪਾਂ ਨੇਤਰ ਖੋਲੇ ਆਪਣਾ ਸਰੀਰ ਦੇਖਿਆ ਫੇਸ ਦੇਖਿਆ ਮਹਾਰਾ ਕਹਿੰਦੇ ਇਹ ਸਰੀਰ ਸਭ ਮੂਲ ਹੈ ਮਾਇਆ ਇਹ ਸਰੀਰ ਸਭ ਮੂਲ ਹੈ ਮਾਇਆ ਦੂਜੇ ਪਾਏ ਪਰਮ ਪਲਾਇਆ ਹੁਣ ਇਸ ਮਾਇਆ ਦੇ ਨਾਲ ਤੇ ਸੂਖਮ ਮਾਇਆ ਦੇ ਨਾਲ ਸਾਡਾ ਮਨ ਕਦੋਂ ਜੁੜਦਾ ਹੈ ਕਦੋਂ ਇਹਦੇ ਨਾਲ ਜੁੜਦਾ ਹੈ ਸਵੇਰ ਜਦੋਂ ਸਾਡਾ ਮਨ ਸਰੀਰ ਵਿੱਚ ਆਉਂਦਾ ਹੈ ਉਦੋਂ ਦ੍ਰਿਸ਼ਮਾਨ ਮਾਇਆ ਦੇ ਨਾਲ ਜੁੜਦਾ ਹੈ ਆਪਦੀ ਬਾਡੀ ਦੇ ਨਾਲ ਜੁੜਦਾ ਹੈ ਤੇ ਬਾਡੀ ਦੇ ਸਟਾਰਟਿੰਗ ਦੇ ਵਿੱਚ ਜਿਹੜੀ ਕਾਰਜ ਕਰਦਾ ਉਹ ਸਰੀਰ ਦੀ ਦੇਖਭਾਲ ਕਰਦਾ ਹੈ ਬਾਥਰੂਮ ਜਾਂਦਾ ਹੈ ਮੂੰਹ ਧੋਂਦਾ ਹੈ ਕੁਰਲਾ ਕਰਦਾ ਉਦੋਂ ਫਿਰ ਕਿੱਥੇ ਵਿਚਰਦਾ ਇਹ ਰਜੂ ਗੁਨ ਤੇ ਉਹ ਜਿਹੜੇ ਵਿਚਾਰ ਲੈਂਦਾ ਵੀ ਮੂੰਹ ਧੋਈਏ ਕੁਰਲਾ ਕਰੀਏ ਬਰਸ਼ ਕਰੀਏ ਉਹ ਸਾਰਾ ਸੂਖਮ ਮਾਇਆ ਹੈ ਇੰਦੇ ਵਿੱਚ ਸੂਖਮ ਮਾਇਆ ਦੇ ਵਿੱਚ ਆਉਂਦਾ ਹੈ ਰਜੋਗੁਣ ਤਮੋਗੁਣ ਤੇ ਸਤੋਗੁਣ ਮਹਾਰਾਏ ਗੁਰਬਾਣੀ ਦਾ ਦਦਨੇ ਰਾਜਗੁਣ ਤਮਗੁਣ ਸਤਗੁਣ ਇਹ ਕਹੀਏ ਤੇਰੀ ਸਭ ਮਾਇਆ ਹੁਣ ਇਹ ਜਿਹੜੀ ਮਾਇਆ ਹੈ ਇਹਨਾਂ ਦਾ ਮੁਖੀ ਕਾਲ ਹੈ ਦੇਖੋ ਦ੍ਰਿਸ਼ਮਾਨ ਮਾਇਆ ਦਾ ਵੀ ਇਹਦੇ ਅੰਡਰ ਕਰ ਦਿੱਤੀ ਤੇ ਸੂਖਮ ਮਾਇਆ ਵੀ ਇਹਦੇ ਅੰਡਰ ਕਰਦੀ ਇਹਨੂੰ ਮੁਖੀ ਬਣਾ ਦਿੱਤਾ ਇਸ ਕਰਕੇ ਮਹਾਰਾ ਗੁਰਬਾਣੀ ਦੇ ਵਿੱਚ ਦੱਸਦੇ ਨੇ ਇਹਨਾਂ ਨੂੰ ਰਾਜ ਗੁਣ ਤਮ ਗੁਣ ਤੇ ਸਤ ਗੁਣ ਨੂੰ ਤ੍ਰੈ ਗੁਣ ਕੀ ਕਹਿੰਦੇ ਨੇ ਤ੍ਰੈ ਗੁਣ ਕਹਿੰਦੇ ਤ੍ਰੈ ਗੁਣ ਕਾਲੇ ਕੀ ਸਰਕਾਰਾ ਇਹ ਮਾਇਆ ਹੈ ਮਾਇਆ ਕਾਲ ਨੂੰ ਕਹਿੰਦੇ ਨੇ ਇਹ ਮਾਇਆ ਕਾਲ ਦੇ ਅੰਡਰ ਰਜੋ ਗੁਣ ਤਮੋ ਗੁਣ ਸਤੋ ਗੁਣ ਸੁਖਮਾਇਆ ਇਹ ਨੇ ਵਿਚਾਰ ਇਹ ਕੀ ਨੇ ਜੀ ਵਿਚਾਰ ਜਿਵੇਂ ਹੁਣ ਆਪਾਂ ਸਵੇਰ ਰਜੋ ਗੁਣ ਤੇ ਆਏ ਇੱਥੇ ਆਣ ਕੇ ਸਾਡਾ ਮਨ ਵਿਚਾਰ ਲੈਂਦਾ ਹੈ ਖਾਣ ਪੀਣ ਦੇ ਹਨੇ ਕਾਰੋਬਾਰ ਦੇ ਨੌਕਰੀ ਜਾਣਾ ਖੇਤ ਜਾਣਾ ਦੁਕਾਨ ਤੇ ਜਾਣਾ ਇਸ ਤਰ੍ਹਾਂ ਦੇ ਇਹਨੂੰ ਰਜੋ ਗੁਣ ਕਹਿੰਦੇ ਆ ਇੱਥੋਂ ਫਿਰ ਦੋ ਰਸਤੇ ਨਿਕਲਦੇ ਨੇ ਇੱਕ ਵਾਪਸ ਘਰ ਜਾਣ ਦਾ ਜਿਹਨੂੰ ਲਿਵ ਦਾ ਰਸਤਾ ਕਹਿੰਦੇ ਨੇ ਸਤੋ ਗੁਣ ਇੱਕ ਰਸਤਾ ਹੈ ਤਾਤ ਦਾ ਜਿਹਨੂੰ ਅ ਜਿਹੜਾ ਤਮੋ ਗੁਣ ਨੂੰ ਜਾਂਦਾ ਇਹ ਜੂਨਾ ਚ ਲੈ ਜਾਂਦਾ ਕਿੱਧਰ ਲੈ ਜਾਂਦਾ ਸਾਡੇ ਮਨ ਨੂੰ ਜੋਨਾਂ ਦੇ ਵਿੱਚ ਪਾ ਦਿੰਦਾ ਹੈ ਹੁਣ ਸਾਰੇ ਵਰਡ ਦੇ ਉੱਤੇ ਜਿੰਨੇ ਆਪਾਂ ਮਨ ਆਏ ਹੋਏ ਹਾਂ ਸਾਰਿਆਂ ਦਾ ਮਨ ਜਿਹੜਾ ਹੈ ਇਹ ਤ੍ਰੈਗੁਣ ਮਾਇਆ ਦੇ ਵਿੱਚ ਸੁੱਤਾ ਹੋਇਆ ਹੈ ਤੇ ਮਹਾਰਾਜ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ ਮੋਹਰ ਲਵਾਉਨੇ ਆ ਕਹਿੰਦੇ ਤੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਕਹਿੰਦੇ ਵੀ ਇੱਕ ਨਹੀਂ ਦੋ ਨਹੀਂ ਕਿੰਨੇ ਇਹ ਮਾਇਆ ਜਿਹੜੀ ਝੂਠੀ ਹੈ ਕੀ ਹੈ ਜੀ ਮਹਾਰਾ ਕਹਿੰਦੇ ਮਾਇਆ ਝੂਠੀ ਰਾਸ ਹੈ ਇੱਕ ਚਸੇ ਮੇ ਪਾਜ ਲਹਿ ਜਾਏ ਹੱਥੋਂ ਛੁੜਕੀ ਤਨ ਸਵਾਹ ਹੋਏ ਬਦਨ ਜਾਏ ਕਮਲਾਏ ਇਹ ਜਿਹੜੀ ਮਾਇਆ ਹੈ ਇਹਦੇ ਵਿੱਚ ਕਿੰਨੇ ਕ ਜਾਣੇ ਸੁੱਤੇ ਹੋਏ ਨੇ ਇਹ ਹੁਣ ਮਹਾਰਾਜ ਦੀ ਬਾਣੀ ਚ ਦੱਸਿਆ ਹੋਇਆ ਕਹਿੰਦੇ ਅਸੰਖਾਂ ਦੀ ਗਿਣਤੀ ਵਿੱਚ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਕਹਿੰਦੇ ਕਰਕੇ ਜੀ ਮਾਇਆ ਝੂਠੀ ਮਾਇਆ ਦੇ ਕਾਰਨ ਕਰਕੇ ਅਸੰਖਿਆ ਦੀ ਗਿਣਤੀ ਦੇ ਵਿੱਚ ਸੁੱਤੇ ਹੋਏ ਨੇ ਮਨ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ ਕਹਿੰਦੇ ਉਹ ਮਨ ਜਾਗਣਗੇ ਜਿਨ੍ਹਾਂ ਦੀ ਰਸਨਾ ਨਾਮ ਉਚਾਰੇਗੀ ਵਾਹ ਗੁਰੂ ਉਚਾਰਨ ਕਰੇਗੀ ਹੁਣ ਇੱਥੇ ਕਈ ਗੁਰਮੁਖ ਕਹਿੰਦੇ ਨਾਮ ਜਪਣ ਦੀ ਲੋੜ ਨਹੀਂ ਕਹਿੰਦੇ ਤੇ ਉਹ ਕਹਿੰਦੇ ਜੇ ਹੁਣ ਮਨ ਨੂੰ ਸੁੱਤੇ ਨੂੰ ਜਗਾਉਣਾ ਹੈ ਤੇ ਰਸਨਾ ਨੇ ਜਪਣਾ ਹੀ ਪੈਣਾ ਹੈ ਹੁਣ ਕਿਸੇ ਇਨਸਾਨ ਦੀ ਗੱਲ ਤਾਂ ਆਪਾਂ ਮੰਨਣੀ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਣੀ ਆ ਠੀਕ ਹੈ ਨਹੀਂ ਕਿਸੇ ਦਾ ਕਿਆਫਾ ਨਹੀਂ ਆਈਡੀਆ ਨਹੀਂ ਸੁਣਨਾ ਉਹਨੂੰ ਕਹਿੰਦਾ ਗੁਰਬਾਣੀ ਚੋਂ ਦੱਸ ਫਿਰ ਅਸੀਂ ਗੱਲ ਮੰਨਾਂਗੇ ਤੇ ਭਰੋਸਾ ਕਰਾਂਗੇ ਠੀਕ ਹੈ ਹੁਣ ਅੱਗੇ ਕੀ ਕਹਿੰਦੇ ਕਹਿੰਦੇ ਵੀ ਹੁਣ ਮਨ ਜਿਹੜਾ ਹੈ ਇਧਰ ਆਇਆ ਹੋਇਆ ਹੈ ਕਾਲ ਦੇ ਲਾਕੇ ਦੇ ਵਿੱਚ ਬਗਾਨੇ ਲਾਕੇ ਦੇ ਵਿੱਚ ਝੂਠੀ ਮਾਇਆ ਦੇ ਵਿੱਚ ਆਪਦਾ ਸਮਝ ਬੈਠਾ ਇਹਨੂੰ ਪਰ ਇਹ ਆਪਣੀ ਨਹੀਂ ਹੈ ਜਦੋਂ ਆਪਾਂ ਸਰੀਰ ਛੱਡ ਕੇ ਜਾਣਾ ਹੈ ਇਹ ਸਰੀਰ ਨੇ ਵੀ ਨਹੀਂ ਜਾਣਾ ਸਰੀਰ ਛੱਡ ਕੇ ਜਾਣਾ ਇਹਦਾ ਮਤਲਬ ਕਿ ਸਰੀਰ ਵੀ ਛੱਡ ਜਾਣਾ ਹੈ ਤੇ ਹੋਰ ਚੀਜ਼ ਨੇ ਜਾਣਾ ਨਾਲ ਜਿਹਨੂੰ ਰੋਜ਼ ਅਸੀਂ ਸਾਫ਼ ਕਰਦੇ ਆਂ ਨਵਾਉਨੇ ਆਂ ਇਹਦੇ ਬਾਡੀ ਦੀ ਕਲੀਅਰ ਕੇਅਰ ਕਰਦੇ ਆਂ ਨਹ ਕੱਟਦੇ ਆਂ ਸਾਫ਼ ਸੁਥਰਾ ਰੱਖਦੇ ਆਂ ਇਹਨੇ ਵੀ ਨਹੀਂ ਨਾਲ ਜਾਣਾ ਤੇ ਹੋਰ ਜਿਹੜੀਆਂ ਚੀਜ਼ਾਂ ਦੁਨਿਆ ਸੰਸਾਰ ਤੇ ਇਕੱਠੀਆਂ ਕੀਤੀਆਂ ਇਹਨੇ ਜਾਣਾ ਬਿਲਕੁਲ ਨਹੀਂ ਦਾਲ ਜਾਣਾ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਦੇ ਧਨ ਸਾਰ ਹੁਣ ਗੁਰਮੂ ਪਿਆਰਿਓ ਨਾਮ ਨੇ ਸਾਡੇ ਸੰਗ ਸੰਗ ਜਨ ਇਸ ਕਰਕੇ ਅਸੀਂ ਇੱਥੇ ਆਣ ਕੇ ਨਾਮ ਦਾ ਭੇਲ ਲੈਣਾ ਤੇ ਨਾਮ ਨੂੰ ਰਸਤਾ ਕਹਿੰਦੇ ਨੇ ਕੀ ਕਹਿੰਦੇ ਜੀ ਰਸਤਾ ਤੇ ਇਸ ਰਸਤੇ ਦਾ ਇਸ ਪੰਧ ਦਾ ਸਾਨੂੰ ਕਿੱਥੇ ਪਤਾ ਲੱਗਾ ਸੰਗਤ ਵਿੱਚ ਆ ਕੇ ਕਿੱਥੇ ਪਤਾ ਲੱਗਾ ਜੀ ਸੰਗਤ ਵਿੱਚ ਆ ਕੇ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਕਹਿੰਦੇ ਵੀ ਉਹ ਪੰਥ ਜਿਹੜਾ ਹੈ ਪੰਥ ਜਿਹੜਾ ਹੈ ਰਸਤਾ ਜਿਹੜਾ ਹੈ ਉਹ ਨਾਮ ਹੈ ਤੇ ਉਹਦਾ ਕਿੱਥੇ ਪਤਾ ਲੱਗਾ ਸੰਗਤ ਵਿੱਚ ਆ ਕੇ ਜਦੋਂ ਸੰਗਤ ਵਿੱਚ ਆ ਕੇ ਅਸੀਂ ਬੈਠਦੇ ਹਾਂ ਤੇ ਸਾਨੂੰ ਉਸ ਪੰਥ ਦਾ ਪਤਾ ਲੱਗਦਾ ਜਿਹੜਾ ਸਾਨੂੰ ਘਰੇ ਲੈ ਕੇ ਜਾਂਦਾ ਹੈ ਜਿਹੜਾ ਸਾਡੇ ਮਨ ਨੂੰ ਬਗਾਨੇ ਲਾਕੇ ਤੋਂ ਵਾਪਸ ਘਰੇ ਲੈ ਕੇ ਜਾਏਗਾ ਉਸ ਪੰਥ ਦਾ ਉਸ ਰਸਤੇ ਦਾ ਉਸ ਪੰਧ ਦਾ ਕੀ ਜੀ ਪੰਥ ਮਿਲ ਕੀ ਪੈਂਡਾ ਤੈਅ ਕਰਨਾ ਪੰਥ ਤੈਅ ਕਰਨਾ ਉਸ ਰਸਤੇ ਤੇ ਸਾਡੇ ਮਨ ਨੇ ਚੱਲਣਾ ਹੈ ਕਿੰਨੇ ਚੱਲਣਾ ਜੀ ਮਨ ਨੇ ਚੱਲਣਾ ਹੁਣ ਮਹਾਰਾਜ ਦੀ ਬਾਣੀ ਦੇ ਵਿੱਚ ਆਪਾਂ ਨੂੰ ਹੋਰ ਵੀ ਖੋਲ ਕੇ ਪੇਰ ਦਿੱਤਾ ਹੋਇਆ ਕਹਿੰਦੇ ਵੀ ਇੱਥੇ ਹੁਣ ਜਦੋਂ ਸਾਡਾ ਮਨ ਆਉਂਦਾ ਹੈ ਕਹਿੰਦੇ ਵੀ ਮਾਲਕ ਦੇ ਨਾਲ ਉਹ ਪਿਆਰ ਨਹੀਂ ਪਾਉਂਦਾ ਨਾਮ ਨਾਲ ਪਿਆਰ ਨਹੀਂ ਪਾਉਂਦਾ ਝੂਠੀ ਮਾਇਆ ਦੇ ਵਿੱਚ ਲਿਪਟਿਆ ਹੋਇਆ ਹੈ ਮਾਇਆ ਨੂੰ ਛੱਡਣ ਨੂੰ ਤਿਆਰ ਨਹੀਂ ਜਦੋਂ ਅਸੀਂ ਅਕਾਥ ਕਹਾਣੀ ਬਾਰ-ਬਾਰ ਸੁਣਾਂਗੇ ਸਾਡਾ ਮਨ ਸੁਣੇਗਾ ਵੀ ਇਹ ਮੇਰੀ ਕਹਾਣੀ ਹੈ ਔਰ ਮੈਨੂੰ ਸਮਝਾਇਆ ਜਾ ਰਿਹਾ ਹੈ ਕਿ ਮੈਂ ਝੂਠੀ ਮਾਇਆ ਦੇ ਵਿੱਚ ਫਸਿਆ ਹੋਇਆ ਹਾਂ ਖੁੱਬਿਆ ਹੋਇਆ ਹਾਂ ਮੈਨੂੰ ਇੱਥੋਂ ਕੌਣ ਕੱਢੇਗਾ ਇਥੇ ਫਿਰ ਆਪਾਂ ਨੂੰ ਦੱਸ ਦਿੱਤਾ ਕਿ ਵੀ ਜੇ ਨਾਮ ਵੀ ਜਪਣਾ ਨਾ ਉਹ ਵੀ ਪ੍ਰੇਮ ਨਾਲ ਜਪਣਾ ਹੈ। ਕਿੰਨਾ ਜਪਣਾ ਜੀ ਪ੍ਰੇਮ ਨਾਲ ਤੇ ਮਾਲਕ ਨੂੰ ਮਿਲਣਾ ਹੈ ਮਾਲਕ ਨੂੰ ਵੀ ਪ੍ਰੇਮ ਕਰਨਾ ਪਊ। ਇਸ ਕਰਕੇ ਮਹਾਰਾਜ ਗੁਰਬਾਣੀ ਦਾ ਦੱਸਦੇ ਨੇ। ਕਹਿੰਦੇ ਜੇ ਆਪਾਂ ਇਹ ਰਸਤਾ ਨਾ ਅਪਣਾਇਆ ਹਾਂਜੀ ਫਿਰ ਜੰਮਣ ਮਰਨ ਦੇ ਵਿੱਚ ਆਪਾਂ ਰਵਾਂਗੇ। ਆਵਾ ਗਾਉਣ ਦਾ ਚੱਕਰ ਨਹੀਂ ਮਿਟੇਗਾ ਇਸ ਕਰਕੇ ਆਪਾਂ ਮਿਟਾ ਲਈ। ਕਹਿੰਦੇ ਪੰਥਾ ਪ੍ਰੇਮ ਨਾ ਜਾਣੀ ਪੁੱਲੀ ਫਿਰੇ ਗਵਾਰ ਨਾਨਕ ਹਰ ਵਿਸਾਰ ਕਹਿ ਪਾਉਂਦੇ ਨਰਕ ਅੰਧਕਾਰ ਕਹਿੰਦੇ ਉਹ ਨਰਕਾਂ ਦੇ ਵਿੱਚ ਜਾਏਗਾ ਹਨੇਰੇ ਵਿੱਚ ਜਾਏਗਾ ਕਹਿੰਦੇ ਇਸ ਕਰਕੇ ਕਹਿੰਦੇ ਉਹਨੂੰ ਵਿਸਾਰੋ ਨਾ ਉਹਨੂੰ ਆਪਣੇ ਮਨ ਵਿੱਚ ਆਪਣੇ ਚਿੱਤ ਵਿੱਚ ਵਸਾ ਕੇ ਰੱਖੋ ਹੁਣ ਕਿੰਨਾ ਈਜੀ ਮੇਰੇ ਤੋਂ ਪਹਿਲਾਂ ਵੀ ਗੁਰਮੁਖ ਸਮਝਾ ਕੇ اٹੇ ਨੇ ਭਾਈ ਸੁਖਵਿੰਦਰ ਸਿੰਘ ਜੀ ਇੰਗਲੈਂਡ ਤੋਂ ਔਰ ਇਹ ਵੀ ਦੱਸਿਆ ਵੀ ਇਹ ਸਾਰਾ ਜਿਹੜਾ ਖੇਡ ਹੈ ਇਹ ਜੋ ਰਸਤਾ ਹੈ ਇਹ ਮਾਲਕ ਦਾ ਮਲਾਪ ਹੈ ਇਹ ਪਿਆਰ ਦਾ ਹੈ ਕਿੰਨਾ ਸੋਹਣਾ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ ਹੁਣ ਸਭ ਤੋਂ ਪਹਿਲਾਂ ਜਿਹੜਾ ਸਾਡਾ ਪ੍ਰੇਮ ਹੈ ਉਹ ਕਿੰਦੇ ਪ੍ਰਤੀ ਉਤਪਨ ਹੋਣਾ ਚਾਹੀਦਾ ਮਾਲਕ ਦੇ ਪ੍ਰਤੀ ਜਦੋਂ ਉਤਪਨ ਹੋਏਗਾ ਮਾਲਕ ਦੀ ਗੱਲ ਸੁਣਾਂਗੇ ਸੰਗਤ ਵਿੱਚ ਆ ਕੇ ਭੇਦ ਖੁੱਲੇਗਾ ਫੇਰ ਦੱਸਿਆ ਜਾਏਗਾ ਵੀ ਤੁਸੀਂ ਗੁਰਮੰਤਰ ਕਰੋ ਕੀ ਕਰੋ ਜੀ ਸਾਡੀ ਸੁਰਤੀ ਗੁਰਮੰਤਰ ਨੂੰ ਪਿਆਰ ਕਰਦੀ ਹੈ ਤੇ ਜਦੋਂ ਗੁਰਮੰਤਰ ਸੁਣਦੇ ਆ ਹਾਂ ਸੁੱਧ ਬੁੱਧ ਭੁੱਲ ਜਾਂਦੀ ਹੈ ਦੇਖਿਆ ਨਾ ਸੰਗਤ ਵਿੱਚ ਆਪਾਂ ਗਵਾਹ ਜਾਂਦੇ ਆ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਇੱਕ ਲੜਕੀ ਬਹੁਤ ਜੁੜਦੀ ਉਹਨੇ ਪਿੱਛੇ ਜੇ ਅੰਮ੍ਰਿਤ ਛਕਿਆ ਉਹ ਗੁਰੂ ਘਰ ਦੇ ਵਿੱਚ ਵੀ ਜੁੜ ਜਾਂਦੀ ਉਹਨੂੰ ਕੋਈ ਪਰਵਾਹ ਹੀ ਨਹੀਂ ਤੇ ਹੈ ਗੱਲ ਸਹੀ ਜੇ ਕੋਈ ਵੀ ਬੱਚਾ ਜੁੜਦਾ ਉਹਨੂੰ ਹੌਸਲਾ ਦੇਣਾ ਸ਼ਾਬਾਸ਼ੇ ਪੁੱਤ ਹੋਰ ਅੱਗੇ ਵਧ ਹੁਣ ਇਸ ਤਰ੍ਹਾਂ ਦੇ ਬੱਚੇ ਜਿਹੜੇ ਨੇ ਜਦੋਂ ਮਾਲਕ ਉਹਨਾਂ ਤੇ ਕਿਰਪਾ ਕਰਦਾ ਤੇ ਉਹ ਫਿਰ ਆਪਦੀ ਸੁੱਧ ਬੁੱਧ ਭੁੱਲ ਜਾਂਦੇ ਆ ਤੇ ਉਹਨਾਂ ਦੀ ਸੁਰਤੀ ਦਾ ਪਿਆਰ ਕਿਹਦੇ ਨਾਲ ਪੈਂਦਾ ਵਾਹਿਗੁਰੂ ਗੁਰਮੰਤਰ ਨਾਲ ਕਿਹਨਾਂ ਨਾਲ ਪੈਂਦਾ ਜੀ ਕਿਵੇਂ ਚੈੱਕ ਕਰੀਏ ਬੀਂ ਦੀ ਸੁਰਤੀ ਦਾ ਪਿਆਰ ਵਾਹਿਗੁਰੂ ਗੁਰਮੰਤਰ ਨਾਲ ਪੈ ਗਿਆ ਤੁਸੀਂ ਉਹਦੀ ਸੁਰਤੀ ਜੁੜ ਗਈ ਹੱਦੋਂ ਵੱਧ ਤੁਸੀਂ ਤੋੜਨੀ ਚਾਹੁੰਦੇ ਹੋ ਮੰਨ ਲਓ ਤੁਸੀਂ ਯੁਗਤੀ ਵਿਧੀ ਕੋਈ ਲਾਈ ਉਹ ਜੋ ਟੁੱਟਣ ਲੱਗੀ ਸੁਰਤੀ ਤੇ ਇੱਕ ਬੰਦਾ ਆਇਆ ਕਹਿੰਦਾ ਵਾਹਿਗੁਰੂ ਵਾਹਿਗੁਰੂ ਕੀ ਹੋ ਗਿਆ ਉਹ ਇੰਨੇ ਹੀ ਕਹਿਣ ਦੀ ਦੇਰ ਆ ਵਾਹਿਗੁਰੂ ਵਾਹਿਗੁਰੂ ਕੀ ਹੋ ਗਿਆ ਅਣਜਾਣ ਬੰਦਾ ਆ ਗਿਆ ਹਨਾ ਤੇ ਉਹ ਵਾਹਿਗੁਰੂ ਕਹਿਣਦੇ ਉਹਨੇ ਫਿਰ ਆਪਾਂ ਭੁੱਲ ਜਾਣਾ ਕਿਉਂਕਿ ਪਿਆਰ ਪੈ ਗਿਆ ਇਸ ਕਰਕੇ ਆਪਾਂ ਜਦੋਂ ਇਹ ਗਾਈਡਲਾਈਨ ਦਿੱਤੀ ਹੋਈ ਹੈ ਸੰਗਾਂ ਨੂੰ ਵੀ ਜਦੋਂ ਕੋਈ ਜੁੜੇ ਉਹਦੇ ਕੋਲੇ ਉਹਨਾਂ ਕੋਲੇ ਵਾਹਿਗੁਰੂ ਨਹੀਂ ਕਰਨਾ ਉਦੋਂ ਉਹਦੇ ਉਹ ਪੁਆਇੰਟਾਂ ਨੂੰ ਕਵਰ ਕਰਨਾ ਤੇ ਕੋਲੇ ਮਾੜਾ ਜਾਵੇ ਤੁਸੀਂ ਵਾਹਿਗੁਰੂ ਕਿਉਂ ਉਹਨੇ ਫਿਰ ਆਪਾਂ ਭੁੱਲ ਜਾਣਾ ਇਸ ਕਰਕੇ ਪਹਿਲਾਂ ਨਾ ਜਿਹੜਾ ਸਾਡਾ ਪਿਆਰ ਹੈ ਸਾਡੀ ਸੁਰਤੀ ਦਾ ਵਾਹਿਗੁਰੂ ਗੁਰਮੰਤਰ ਨਾ ਪਹਿਣਾ ਜੋ ਮਹਾਰਾਜ ਨੇ ਆਪਾਂ ਨੂੰ ਹੁਣ ਦੱਸਿਆ ਵੀ ਉਹਦੇ ਉਚਾਰਨ ਤੋਂ ਬਿਨਾਂ ਗੱਲ ਨਹੀਂ ਬੰਨੀ ਇਸ ਕਰਕੇ ਆਪਾਂ ਨਾਮ ਉਚਾਰਨ ਕਰਨਾ ਹੀ ਕਰਨਾ ਉਸ ਤੋਂ ਅੱਗੇ ਪਿਆਰ ਕਿੰਨਾ ਪੈਂਦਾ ਉਸ ਤੋਂ ਅੱਗੇ ਪਿਆਰ ਪੈਂਦਾ ਉਹ ਜੋ ਰਸਤਾ ਹੈ ਉਹ ਹੈ ਨਾਮ ਉਹ ਬੰਧ ਕੀ ਹੈ ਜੀ ਨਾਮ ਕਿਉਂਕਿ ਨਾਮ ਹੈ ਮਾਲਕ ਦੀ ਆਵਾਜ਼ ਤੇ ਹੁਣ ਕਿਵੇਂ ਮੰਨੀਏ ਵੀ ਇਹ ਬੰਧ ਆ ਇਹ ਰਸਤਾ ਹੈ ਹੁਣ ਮਾਲਕ ਦੀ ਆਵਾਜ਼ ਦੁਨਿਆਵੀ ਤੌਰ ਤੇ ਲੈ ਲੋ ਪਿਤਾ ਬੋਲਦਾ ਪਿਆ ਮਾਂ ਬੋਲਦੀ ਉਹ ਬੱਚਾ ਦੂਰ ਉਹਨੂੰ ਪਿਤਾ ਕਹਿੰਦਾ ਪੁੱਤਾ ਆ ਜਾ ਆ ਜਾ ਆ ਜਾ ਹੈਨਾ ਇਧਰੋਂ ਬੋਲਿਆ ਆ ਜਾ ਆ ਜਾ ਉਹ ਉਧਰੋਂ ਆਵਾਜ਼ ਸੁਣਦਾ ਤੇ ਉਹਨਾਂ ਇਧਰੋਂ ਸਾਡੇ ਪਿਤਾ ਦੀ ਆਵਾਜ਼ ਨਾਮ ਸ਼ਬਦ ਧੁਨ ਤੂਰ ਉਹ ਜਦੋਂ ਆਪਾਂ ਨੂੰ ਸੁਣਦੀ ਹੈ ਹਨਾ ਤੇ ਉਹ ਸਮਝ ਲੈਣਾ ਵੀ ਪਿਤਾ ਕਹਿ ਰਿਹਾ ਆ ਜਾ ਆ ਜਾ ਆ ਜਾ ਉਹ ਜਿਵੇਂ ਜਿਵੇਂ ਨੇੜੇ ਆਏਗਾ ਬੱਚਾ ਹਨਾ ਉਸ ਆਵਾਜ਼ ਦਾ ਪਿੱਛਾ ਕਰਦਾ ਹੈ ਤੇ ਉਹ ਰਸਤੇ ਚ ਆਣ ਕੇ ਆਵਾਜ਼ ਤੇਜ਼ ਹੋ ਜਾਏਗੀ ਜਦੋਂ ਹੋਰ ਮਾਲਕ ਵਾਲੇ ਪਾਸੇ ਨੂੰ ਆਏਗਾ ਉਹ ਫੁਰਨਿਆਂ ਤੋਂ ਰਹਿਤ ਤੇ ਆਵਾਜ਼ ਹੋਰ ਤੇਜ਼ ਹੋ ਜਾਏਗੀ ਜਿੱਥੇ ਆਣ ਕੇ ਮਾਲਕ ਦੇ ਕੋਲੇ ਆ ਗਿਆ ਤੇ ਮਾਲਕ ਦਾ ਜਿਹੜਾ ਸਰੂਪ ਹੈ ਉਹ ਪ੍ਰਕਾਸ਼ ਹੈ ਕੀ ਹੈ ਜੀ ਪ੍ਰਕਾਸ਼ ਹੈ ਜਦੋਂ ਮਨ ਬੱਚਾ ਪ੍ਰਕਾਸ਼ ਦੇ ਨਾਲ ਇੱਕਮਿਕ ਹੋ ਗਿਆ ਹੈ ਨਾ ਉਦੋਂ ਜਿਹੜਾ ਨਾਮ ਮੰਨ ਲਓ ਆ ਇੱਥੇ ਮਾਲਕ ਦਾ ਇੱਕ ਨਾਮ ਇੱਧਰ ਰਹਿ ਕੇ ਅੱਗੇ ਉਹ ਤਾਂ ਬੰਦ ਨਹੀਂ ਨਾ ਹੋਣੀ ਆਵਾਜ਼ ਉਹ ਤਾਂ ਲਗਾਤਾਰ ਹੀ ਚੱਲੀ ਜਾਣੀ ਇਸ ਕਰਕੇ ਉਹਨੇ ਸਮੇਂ ਲਈ ਜਿੰਨੀ ਦੇਰ ਪਿਓ ਪੁੱਤ ਇਕੱਠੇ ਹੋਗੇ ਉਹ ਆਵਾਜ਼ ਮਨ ਨੂੰ ਸੁਣੇਗੀ ਨਹੀਂ ਕਿਉਂਕਿ ਉਹ ਆਵਾਜ਼ ਨੇ ਉਹ ਰਸਤੇ ਨੇ ਮੰਜਲ ਤੇ ਪਹੁੰਚਦਾ ਕਿਥੇ ਪਹੁੰਚਦਾ ਜੀ ਜਿਹੜੀ ਮੰਜ਼ਲ ਸੀ ਉਸ ਮੰਜ਼ਲ ਤੇ ਮੰਜ਼ਲ ਸਾਡੀ ਕੀ ਆ ਸੱਚ ਮੰਜ਼ਲ ਸਾਡੀ ਕੀ ਆ ਜੀ ਸੱਚ ਮੰਜ਼ਲ ਸਾਡੀ ਮੂਲ ਮੂਲ ਨਾਲੋਂ ਵਿਛੜੇ ਆ ਮੂਲ ਤੱਕ ਪਹੁੰਚਣਾ ਸਾਡੀ ਮੰਜ਼ਲੀਏ ਹੁਣ ਅਸੀਂ ਮੂਲ ਨਾਲੋਂ ਟੁੱਟੇ ਹੋਏ ਆ ਹਾਂਜੀ ਤੇ ਵਿਖਰੇ ਹੋਏ ਆ ਤੇ ਦੁਬਾਰਾ ਫੇਰ ਹੁਣ ਭੇਦ ਆਇਆ ਸੰਗਤ ਵਿੱਚ ਆ ਕੇ ਵੀ ਐ ਜਾਣਾ ਆਪਾਂ ਮਾਲਕ ਕੋਲੇ ਇਸ ਕਰਕੇ ਸਾਨੂੰ ਫਿਰ ਕਿਹਦੇ ਨਾਲ ਪਿਆਰ ਪਾਉਣਾ ਪਊ ਨਾਮ ਨਾਲ ਕਿਹਦੇ ਨਾਲ ਪਾਉਣਾ ਪਊ ਜੀ ਨਾਮ ਨਾਲ ਨਾਮੇ ਜਿ ਸ਼ਬਦ ਨਾਲ ਪਿਆਰ ਪਾਉਣਾ ਪਊ ਹੁਣ ਸ਼ਬਦ ਨਾਲ ਪਿਆਰ ਪਾਊਗਾ ਸੁਣ ਸੁਣ ਕੇ ਕਿਵੇਂ ਪਾਊਗਾ ਜੀ ਉਹ ਧੁਨ ਚੱਲਦੀ ਹੈ ਮਾਲਕ ਬੋਲ ਰਿਹਾ ਅਸੀਂ ਜੇ ਉਹਨੂੰ ਸੁਣ ਰਹੇ ਆ ਤਾਂ ਸਾਡਾ ਪਿਆਰ ਉਸ ਤੋਂ ਬਾਅਦ ਸਾਡੇ ਪਿਤਾ ਜੀ ਨੇ ਦਰਸ਼ਨ ਦੇਣੇ ਨੇ ਹਾਂਜੀ ਜੋ ਸਾਡਾ ਪਿਤਾ ਹੈ ਸਾਡਾ ਪ੍ਰਭੂ ਹੈ, ਭਗਵਾਨ ਹੈ, ਵਾਹਿਗੁਰੂ ਹੈ, ਨਿਰੰਕਾਰ ਹੈ, ਸੱਚ ਹੈ, ਹਾਂਜੀ। ਸਾਡੀ ਮਾਂ ਵੀ ਉਹੀ ਹੈ। ਸਾਰਾ ਕੁਝ ਹੀ ਉਹੀ ਹੈ, ਦੋਸਤ ਵੀ ਉਹੀ ਹੈ, ਮਿੱਤਰ ਵੀ ਉਹੀ ਹੈ, ਹਨਾ ਸਾਰਾ ਕੁਝ ਉਹੀ ਹੈ। ਤੇ ਫਿਰ ਅਸੀਂ ਉਹਦੇ ਨਾਲ ਪਿਆਰ ਪਾਉਣਾ ਹੈ। ਉਹਦੇ ਨਾਲ ਪਿਆਰ ਪੈਗਾ ਦੇਖ-ਦੇਖ ਕੇ, ਕਿਵੇਂ ਪੈਗਾ ਜੀ? ਦੇਖ-ਦੇਖ ਕੇ। ਹੁਣ ਜਿੰਦੇ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਦ੍ਰਿਸ਼ਮਾਨ ਰੂਪ ਦੇ ਵਿੱਚ ਉਹਦੀ ਯਾਦ ਆਪਾਂ ਨੂੰ ਬਾਰ-ਬਾਰ ਸਤਾਉਂਦੀ ਹੈ ਆਉਂਦਾ ਨਾ ਬਾਰ-ਬਾਰ ਆਉਂਦੀ ਹੈ ਸਾਹਮਣੇ ਆਉਂਦਾ ਚਿਹਰਾ ਵੀ ਆਉਂਦਾ ਏਸੇ ਤਰ੍ਹਾਂ ਜਦੋਂ ਸਾਡਾ ਮਾਲਕ ਨਾਲ ਪਿਆਰ ਪੈਗਾ ਤੇ ਫਿਰ ਸਾਨੂੰ ਉਹਦੀ ਵੀ ਯਾਦ ਸਤਾਏਗੀ ਜਿਨ੍ਹਾਂ ਨੂੰ ਬਿਲਕੁਲ ਹੀ ਨਹੀਂ ਭੇਦ ਉਹ ਵਿਚਾਰੇ ਕੀ ਕਰਨਗੇ ਤੇ ਜਿਨ੍ਹਾਂ ਨੂੰ ਭੇਦ ਆ ਗਿਆ ਉਹਨਾਂ ਤੋਂ ਵੀ ਨਹੀਂ ਰਹਿ ਹੁੰਦਾ ਤੋ ਮਾਰਾ ਜਿਆ ਵੀ ਕਾਲ ਦਾ ਵਿਚਾਰਾਂ ਦਾ ਜੋਰ ਪੈਂਦਾ ਤੇ ਉਹ ਥੋੜੇ ਜੇ ਸਮੇਂ ਨੂੰ ਕਿੰਨਾ ਸਮਝਿਆ ਗਿਆ ਵਿਛੋੜਾ ਕਹਿੰਦੇ ਜੇ ਤੂੰ ਇੱਕ ਘੜੀ ਨਹੀਂ ਮਿਲਦਾ ਤਾਂ ਲੱਗਦਾ ਜਿਵੇਂ ਕਲਯੁਗ ਵਰਤ ਗਿਆ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰਿਆ ਤੇ ਹੁਣ ਦੇਖੋ ਸਾਡਾ ਜੇ ਪਿਆਰ ਹੋਏਗਾ ਸਾਡੇ ਤੋਂ ਰਹਿ ਨਹੀਂ ਹੋਏਗਾ ਅਸੀਂ ਫਟਾਫਟ ਕੀ ਬਣਾਵਾਂਗੇ ਉਹਨੂੰ ਦੇਖਣ ਵਾਲੀ ਅੱਖ ਬਣਾਵਾਂਗੇ ਜਦੋਂ ਉਹਨੂੰ ਦੇਖਣ ਵਾਲੀ ਅੱਖ ਬਣੇਗੀ ਫਿਰ ਕੌਣ ਦੇਖੇਗਾ ਮਨ ਦੇਖੇਗਾ ਕਿਉਂਕਿ ਜਦੋਂ ਦੇਖਣਾ ਹੈ ਦੋਨਾਂ ਅੱਖਾਂ ਤੋਂ ਦੋ ਅੱਖਾਂ ਤੋਂ ਚੰਦ ਸੂਰਜ ਦੀ ਗੰਢ ਪਾ ਲੈਣੀ ਆ ਦੋਨਾਂ ਅੱਖਾਂ ਨੇ ਇੱਕ ਹੋ ਜਾਣਾ ਤੇ ਸਾਹਮਣੇ ਸਾਡੇ ਪਿਤਾ ਨੇ ਆ ਜਾਣਾ ਕੋਈ ਦੂਰੋਂ ਚੱਲ ਕੇ ਨਹੀਂ ਆਉਣਾ ਉਹਨੇ ਘੋੜੇ ਤੇ ਨਹੀਂ ਆਉਣਾ ਉਹ ਸਾਹਮਣੇ ਹੀ ਆ ਜੀ ਕਿੱਥੇ ਆ ਜੀ ਸਾਹਮਣੇ ਇਸ ਕਰਕੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਚਲੇ ਜਾਓ ਬਸ ਤੁਸੀਂ ਇੱਕ ਦ੍ਰਿਸ਼ਟ ਹੋ ਜੋ ਇੱਕ ਚਿੱਤ ਹੋ ਜੋ ਤੇ ਉਥੇ ਮਾਲਕ ਜੇ ਹਰ ਜਗ ਮਾਲਕ ਹੈ ਤਾਂ ਹੀ ਬਾਬਾ ਕਬੀਰ ਜੀ ਨੇ ਕਿਹਾ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਵੀ ਤੂੰ ਕਿਹੜੀ ਜਗ੍ਹਾ ਤੇ ਨਹੀਂ ਹੈਗਾ ਤੂੰ ਤਾਂ ਹਰ ਜਗ੍ਹਾ ਤੇ ਹੈਗਾ ਆਪਾਂ ਬਹੁਤ ਸਿਰ ਪਹਿਲਾਂ ਸੰਗਤ ਨੂੰ ਇਹ ਭੇਦ ਦਿੱਤਾ ਸੀ ਅੱਜ ਮੈਂ ਫੇਰ ਇੱਕ ਭੇਦ ਦੇਣਾ ਉਹੀ ਭੇਦ ਦੁਬਾਰਾ ਯਾਦ ਕਰਾਉਣਾ ਤੁਸੀਂ ਬੈਠੇ ਹੋ ਤੁਸੀਂ ਬੈਠੇ ਹੋ ਤੁਹਾਡੇ ਉੱਪਰ ਮਾਲਕ ਹੈ ਠੀਕ ਹੈ ਜੀ ਤੁਸੀਂ ਪਏ ਹੋ ਤੁਹਾਡੇ ਉੱਪਰ ਇੱਥੋਂ ਦੀ ਗੱਲ ਕਰਦੇ ਹਾਂ ਇਸ ਤੋਂ ਉੱਪਰ ਮਾਲਕ ਹੈ ਜੇ ਤੁਸੀਂ ਖੜੇ ਹੋ ਫੇਰ ਵੀ ਤੁਹਾਡੇ ਉੱਤੇ ਮਾਲਕ ਹੈ ਹਾਂ ਜੀ ਜੇ ਤੁਸੀਂ ਚਬਾਰੇ ਚੋਂ ਫੇਰ ਵੀ ਤੁਹਾਡੇ ਉੱਪਰ ਮਾਲਕ ਜੇ ਤੁਸੀਂ 10ਵੀਂ 16ਵੀਂ ਮੰਜ਼ਲ ਤੇ ਹੋ ਫੇਰ ਵੀ ਤੁਹਾਡੇ ਉੱਪਰ ਮਾਲਕ ਜੇ ਤੁਸੀਂ ਜਹਾਜ਼ ਵਿੱਚੋਂ ਤਾਂ ਤਾਂ ਵੀ ਤੁਹਾਡੇ ਉੱਪਰ ਮਾਲਕ ਉੱਚੀ ਜਗ੍ਹਾ ਤੁਸੀਂ ਕਿਤੇ ਵੀ ਆਪਣਾ ਆਕਾਰ ਲੈ ਜੋ ਅਦ੍ਰਿਸ਼ਮਾਨ ਆਕਾਰ ਲੈ ਜੋ ਤੇ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਸ਼ੋਰ ਕੀਤਾ ਹੈ ਵੀ ਤੁਹਾਡੇ ਸਾਰਿਆਂ ਦੇ ਜਿਹੜੀ ਉੱਚੀ ਜਗ੍ਹਾ ਉਹ ਹੈਗਾ ਸਿਰ ਤੇ ਸਿਰ ਤੋਂ ਉੱਪਰ ਮਾਲਕ ਤੁਸੀਂ ਹਮੇਸ਼ਾ ਆਪਦੀ ਸੁਰਤ ਨੂੰ ਉੱਪਰ ਮੰਨਣਾ ਹੈ ਮਾਲਕ ਨੂੰ ਉੱਤੇ ਮੰਨ ਕੇ ਆਪਦੀ ਸੁਰਤ ਨੂੰ ਹਮੇਸ਼ਾ ਉੱਪਰ ਮਹਿਸੂਸ ਕਰਨਾ ਹੈ ਉਹਨੂੰ ਫਿਰ ਮਹਾਰਾਜ ਕਹਿੰਦੇ ਰੱਬ ਕੀ ਰਜਾ ਮੰਨੇ ਸਿਰ ਉੱਪਰ ਕਰਤਾ ਮੰਨੇ ਸਿਉਰ ਕਰਤਾ ਜੀ ਕਿਉਂਕਿ ਸਭ ਦੇ ਉੱਪਰ ਹੈ ਨਾ ਰੱਬ ਕੀ ਰਜਾ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੈ ਕਹਿੰਦੇ ਜਦੋਂ ਤੁਸੀਂ ਉਹਨੂੰ ਉੱਪਰ ਮੰਨੋਗੇ ਤੁਹਾਡੀ ਸੁਰਤ ਉੱਪਰ ਰਹੇਗੀ ਥੱਲੇੋਂ ਸਾਰਾ ਕੁਝ ਭੁੱਲ ਜਾਏਗਾ ਥੱਲੇੋਂ ਤੁਹਾਡੀ ਸੁਰਤ ਉੱਪਰ ਚਲੀ ਗਈ ਤੇ ਹੁਣ ਆਪਾਂ ਆਪਦੀ ਵੈਸੇ ਤਾਂ ਮਾਲਕ ਇੱਥੇ ਵੀ ਆ ਥੱਲੇ ਨਿਗਾਹ ਮਾਰ ਲਓ ਦਰੀ ਤੋਂ ਉੱਪਰ ਵੀ ਆ ਮੈਟ ਤੋਂ ਉੱਪਰ ਵੀ ਆ ਖੱਬੇ ਦੇਖ ਲਓ ਇੱਧਰ ਵੀ ਆ ਸੱਜੇ ਦੇਖੋ ਇੱਧਰ ਵੀ ਆ ਉੱਪਰ ਵੇਖੋ ਥੱਲੇ ਦੇਖੋ ਸਾਰੇ ਪਾਸੇ ਮਾਲਕ ਆ ਪਰ ਸਾਨੂੰ ਮਾਲਕ ਨੇ ਇੱਕ ਨਕਸ਼ਾ ਦਿੱਤਾ ਸਾਡੇ ਮਨ ਨੂੰ ਇੱਕ ਨਕਸ਼ਾ ਦਿੱਤਾ ਉਹ ਜਿਹੜਾ ਨਕਸ਼ਾ ਦਿੱਤਾ ਉਹ ਕਿਹੜਾ ਭਲਾ ਸਾਡਾ ਸਰੀਰ ਜੋ ਬ੍ਰਹਮੰਡ ਦੇ ਸੋਈ ਪਿੰਡੇ ਜੋ ਖੋਜੇ ਸੁਭਾਵ ਹੈ ਇਹ ਸਰੀਰਕ ਰੂਪੀ ਜਿਹੜਾ ਨਕਸ਼ਾ ਹੈ ਇਹਦੀ ਜਿਹੜੀ ਸਭ ਤੋਂ ਉੱਚੀ ਜਗ੍ਹਾ ਉਹ ਕਿਹੜੀ ਆ ਉਹ ਹੈ ਸਿਰ ਤੇ ਸਿਰ ਦੇ ਉੱਪਰ ਆਪਾਂ ਮਾਲਕ ਨੂੰ ਮੰਨਣਾ ਪਰ ਉਦੋਂ ਪਹਿਲਾਂ ਇੱਕ ਹੱਦਬੰਦੀ ਦਿਖਾਈ ਗਈ ਸਾਡੇ ਸਰੀਰ 'ਚ ਕੀ ਦਿਖਾਈ ਗਈ ਜੀ ਹੱਦਬੰਦੀ ਉਹ ਜਿਹੜੀ ਹੱਦਬੰਦੀ ਦਿਖਾਈ ਆ ਉਹ ਆ ਇੱਥੇ ਕਿੱਥੇ ਆ ਜੀ ਇਸ ਜਗ੍ਹਾ ਤੇ ਇਹ ਦੂ ਥੱਲੇ ਲੋਕ ਹੈ ਜੀ ਇਸ ਤੋਂ ਉੱਪਰ ਪਰਲੋਕ ਹੈ ਬਾਰਡਰ ਬਾਰਡਰ ਆ ਗਿਆ ਇੱਥੇ ਇਹ ਦੂ ਥੱਲੇ ਲੋਕ ਹੈ ਇਸ ਤੋਂ ਉੱਪਰ ਪਰਲੋਕ ਹੈ ਹੁਣ ਲੋਕ ਦੇ ਵਿੱਚ ਜਦੋਂ ਅਸੀਂ ਰਹਿੰਦੇ ਆ ਤਾਂ ਸਮਝ ਲਓ ਜੇ ਅਸੀਂ ਪੂਰੀ ਦ੍ਰਿਸ਼ਟੀ ਦਾ ਇਸਤੇਮਾਲ ਕਰਦੇ ਆ ਖੋਲ ਕੇ ਤਾਂ ਅਸੀਂ ਝੂਠੀ ਮਾਇਆ ਨਾਲ ਜੁੜੇ ਹੋਏ ਆ ਝੂਠੀ ਮਾਇਆ ਨਾਲ ਦ੍ਰਿਸ਼ਟਮਾਨ ਮਾਇਆ ਨਾਲ ਸੁਖ ਮਾਇਆ ਦੇ ਵਿੱਚ ਵਿਚਰਦੇ ਆ ਹਨਾ ਏ ਹੁਣ ਆਪਾਂ ਸਭ ਤੋਂ ਪਹਿਲਾਂ ਜੇ ਵਾਪਸ ਘਰੇ ਜਾਣਾ ਹੈ ਆ ਤਾਂ ਗਏ ਆ ਮਾਇਆ ਦੇ ਇਲਾਕੇ ਦੇ ਵਿੱਚ ਊਠੀ ਮਾਇਆ ਦੇ ਵਿੱਚ ਆ ਗਏ ਆ ਫਸੇ ਹੋਏ ਆ ਇੱਥੇ ਹੁਣ ਵਾਪਸ ਨਿਕਲਣਾ ਚਾਹੁੰਨੇ ਆ ਜੇ ਨਿਕਲਣਾ ਚਾਹੁੰਨੇ ਆ ਆਪਾਂ ਵਾਪਸ ਜਾਣਾ ਚਾਹੁੰਨੇ ਆ ਤੇ ਫਿਰ ਕੀ ਕਰਨਾ ਪਊ ਹੁਣ ਧਿਆਨ ਨਾਲ ਸਮਝਣਾ ਕਿ ਆਪਾਂ ਦ੍ਰਿਸ਼ਮਾਨ ਮਾਇਆ ਨਾਲ ਸਭ ਤੋਂ ਪਹਿਲਾਂ ਜੁੜੇ ਕਿੰਦੇ ਚਾਏ ਜੀ ਪੌਣ ਨਾਲ ਮਿਲ ਕੇ ਦ੍ਰਿਸ਼ਮਾਨ ਮਾਇਆ ਨਾਲ ਸੰਬੰਧ ਹੋ ਗਿਆ ਮਾਪਿਓ ਵੀ ਦ੍ਰਿਸ਼ਮਾਨ ਧੀਆਂ ਪੁੱਤ ਵੀ ਦ੍ਰਿਸ਼ਮਾਨ ਚੌਂਕਾ ਚੁੱਲਾ ਵੀ ਦ੍ਰਿਸ਼ਮਾਨ ਉਸ ਤੋਂ ਬਾਅਦ ਅਸੀਂ ਦ੍ਰਿਸ਼ਮਾਨ ਨੂੰ ਛੱਡ ਕੇ ਛੱਡ ਕੇ ਇੱਕ ਚੀਜ਼ ਹੋਰ ਛੱਡੀ ਅਸੀਂ ਉਹ ਛੱਡੀ ਪੌਣ ਕੀ ਛੱਡਿਆ ਜੀ ਪੌਣ ਨਾਲ ਮਿਲੇ ਤਾਂ ਦ੍ਰਿਸ਼ਮਾਨ ਵਿੱਚ ਆ ਗਏ ਪੌਣ ਛੱਡ ਕੇ ਫਿਰ ਸਾਡਾ ਮਨ ਕਿੱਥੇ ਜਾਂਦਾ ਹੈ ਸੂਖਮ ਵਿਚਾਰਾਂ 'ਚ ਕਿੱਥੇ ਜਾਂਦਾ ਜੀ ਸੁਖਮ ਵਿਚਾਰਾਂ ਚ ਕਦੀ ਰਜੋਗੁਣ ਤੇ ਜਾਂਦਾ ਕਦੀ ਤਮਗੁਣ ਤੇ ਜਾਂਦਾ ਕਦੀ ਸਤੋਗੁਣ ਤੇ ਜਾਂਦਾ ਹੁਣ ਪੌਣ ਨੂੰ ਛੱਡ ਕੇ ਗਿਆ ਵਿਚਾਰਾਂ ਚ ਪਤਾ ਹੀ ਨਹੀਂ ਸਾ ਕਿੱਧਰੋਂ ਆ ਰਿਹਾ ਕਿੱਧਰ ਜਾ ਰਿਹਾ ਤੇ ਹੈ ਵਿਚਾਰਾਂ ਚ ਮਨ ਹੁਣ ਵਿਚਾਰਾਂ ਦੇ ਵਿੱਚ ਗਏ ਹੋਏ ਮਨ ਨੂੰ ਵਾਪਸ ਲੈ ਕੇ ਜਾਣਾ ਪਾ ਤੇ ਪਹਿਲਾਂ ਕੀ ਕਰਨਾ ਪਊ ਪਹਿਲਾਂ ਮਨ ਨੂੰ ਪੌਣ ਚ ਮਲਾਉਣਾ ਪਊ ਪਹਿਲਾਂ ਮਨ ਨੂੰ ਪੌਣ ਚ ਮਲਾਉਣਾ ਪਊ ਜਿਵੇਂ ਉਧਰੋਂ ਆਇਆ ਉਧਰੋਂ ਆਇਆ ਇੱਥੋਂ ਇੱਥੋਂ ਮਾਲਕ ਨੇ ਭੇਜਿਆ ਉੱਚੀ ਜਗ੍ਹਾ ਤੋਂ ਤੇ ਫਿਰ ਉਹ ਇੱਥੇ ਆਇਆ ਇੱਥੇ ਦਸਮਾ ਦਵਾਰ ਆ ਇੱਥੋਂ ਹੁੰਦਾ ਹੋਇਆ ਮਨ ਆ ਗਿਆ ਇੱਥੇ ਇੱਥੇ ਆਣ ਕੇ ਪੌਣ ਨਾਲ ਟੱਚ ਹੋਇਆ ਸਮਝਦੇ ਹੋ ਨਾ ਤੁਸੀਂ ਸ਼ਬਦ ਸਾਰੇ ਲਾਗੇ ਤੋਂ ਪਵਨ ਖਸਮ ਵਿਚਾਰਿਓ ਪੌਣ ਨੌਂ ਦਵਾਰੇ ਪ੍ਰਗਟ ਕੀਏ ਪੌਣ ਦੇ ਟੱਚ ਹੋਣ ਨਾਲ ਨੌਂ ਦਰਵਾਜ਼ੇ ਖੁੱਲ ਗਏ ਤੇ ਦਸਮਾ ਗੁਪਤ ਹੋ ਗਿਆ ਫਿਰ ਪੌਣ ਨੂੰ ਛੱਡ ਕੇ ਪੌਣ ਦੇ ਨਾਲ ਇਹ ਦ੍ਰਿਸ਼ਮਾਨ ਵਿੱਚ ਆਇਆ ਫਿਰ ਪੌਣ ਨੂੰ ਛੱਡ ਕੇ ਸੂਖਮ ਵਿਚਾਰਾਂ ਚੱਲਾ ਗਿਆ ਹੁਣ ਜਿਵੇਂ ਆਇਆ ਐਵੇਂ ਵਾਪਸ ਜਾਉ ਜਿਵੇਂ ਆਇਆ ਇਸੇ ਤਰ੍ਹਾਂ ਹੀ ਵਾਪਸ ਜਾਉ ਹੁਣ ਸਭ ਤੋਂ ਪਹਿਲਾਂ ਆਪਾਂ ਮਨ ਨੂੰ ਕਿੰਦੇ ਚ ਮਿਲਾਉਣਾ ਪੌਣ ਚ ਖੀਰ ਤੇ ਫਿਰ ਪੌਣ ਛੱਡੀ ਨਾ ਨੇ ਪੌਣ ਚ ਮਲਾਇਆ ਕਿਵੇਂ ਵਾਹ ਗੁਰੂ ਸਾਹ ਅੰਦਰ ਗਿਆ ਵਾਹ ਖਿੱਚਣਾ ਨਹੀਂ ਹੈ ਅਣੀ ਕਰਨ ਗੱਲਾਂ ਕਰਨ ਵਾਂਗੂ ਬੋਲਣਾ ਵਾਹ ਗੁਰੂ ਇਹਨੂੰ ਪੌਣ ਚ ਮਲਾ ਰਹੇ ਆ ਆਪਾਂ ਅੰਦਰ ਬਾਹਰ ਪੌਣ ਸਾਡੇ ਅੰਦਰ ਜਾਂਦੀ ਬਾਹਰ ਆਉਂਦੀ ਅੰਦਰ ਜਾਂਦੀ ਬਾਹਰ ਆਉਂਦੀ ਇਹਦੇ ਨਾਲ ਅੰਦਰ ਬਾਹਰ ਲੈ ਕੇ ਜਾ ਰਹੇ ਆ ਵਾਹ ਗੁਰੂ ਵਾਹ ਗੁਰੂ ਵਾਹ ਥੋੜੀ ਦੇਰ ਸਿਮਨ ਕੀਤਾ ਫਿਰ ਅਸੀਂ ਪੌਣ ਨੂੰ ਛੱਡਿਆ ਫਿਰ ਕੀ ਕੀਤਾ ਜੀ ਅਸੀਂ ਰਾਹ ਪਾੜ ਲਿਆ ਕੀ ਕਰ ਲਿਆ ਜੀ ਰਸਤਾ ਪਾਰ ਲਿਆ ਪੌਣ ਨੂੰ ਛੱਡ ਤਾ ਤੇ ਨਾਮ ਨੂੰ ਪਕੜ ਲਿਆ ਉਸ ਪੰਧ ਨੂੰ ਪੰਥ ਨੂੰ ਰਸਤੇ ਨੂੰ ਨਾਮ ਨੂੰ ਸ਼ਬਦ ਨੂੰ ਪਕੜ ਲਿਆ ਮਾਲਕ ਦੇ ਮੁਖ ਦੀ ਆਵਾਜ਼ ਨੂੰ ਪਕੜ ਲਿਆ ਜੋ ਮਾਲਕ ਕਹਿੰਦਾ ਨਾ ਆ ਜਾ ਪੁੱਤਾ ਆ ਜਾ ਆ ਜਾ ਉਸ ਆਵਾਜ਼ ਨੂੰ ਸ਼ਬਦ ਨੂੰ ਧੁਨ ਨੂੰ ਪਕੜ ਲਿਆ ਫਿਰ ਉਹ ਨਾਮ ਸ਼ਬਦ ਧੁਨ ਸਾਨੂੰ ਮਾਲਕ ਕੋਲ ਲੈ ਜਾਏਗੀ ਉਹ ਨਾਮ ਸ਼ਬਦ ਧੁਨ ਕਿੱਥੇ ਵੱਜ ਰਹੀ ਹੈ ਦਸਵੇਂ ਦਵਾਰ 'ਚ ਕਿੱਥੇ ਵੱਜ ਰਹੀ ਹੈ ਜੀ 10ਵੇਂ ਦੁਆਰ ਤੇ 10ਵਾਂ ਦੁਆਰ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਐਦੂ ਉੱਪਰ ਮਾਲਕ ਆ ਠੀਕ ਹੈ ਤੇ ਮਨ ਦਾ ਜਿਹੜਾ ਘਰ ਬਣਾ ਕੇ ਦਿੱਤਾ ਮਾਲਕ ਨੇ ਮਨ ਨੂੰ ਘਰ ਬਣਾ ਕੇ ਦਿੱਤਾ ਦੇਖ ਲਓ ਹੋਰਾਂ ਘਰਾਂ 'ਚ ਤੁਰਿਆ ਫਿਰਦਾ ਆ ਆਪਦੇ ਘਰੇ ਨਹੀਂ ਜਾਂਦਾ ਹੋਰਾਂ ਦੇ ਘਰਾਂ ਨੂੰ ਦੇਖੀ ਜਾਂਦਾ ਜੋ ਹੀ ਜਾਂਦਾ ਆਪਦੇ ਘਰ ਦਾ ਭੇਤ ਹੀ ਨਹੀਂ ਦਿਆ ਹੁਣ ਇਹਨੂੰ ਪਹਿਲਾਂ ਆਪਾਂ ਫਿਰ ਜਦੋਂ ਇੱਥੇ ਤਾਂ ਵੀ ਇੱਥੇ ਸ਼ਬਦ ਪકડਣਾ ਹੈ ਫਿਰ ਇੱਥੇ ਦਸ ਉਧਰੋਂ ਜਦੋਂ ਆਇਆ ਸੀ ਇੱਥੋਂ ਚੱਲਿਆ ਦਸਵੇਂ ਦੁਆਰ 'ਚ ਆਇਆ ਦਸਵੇਂ ਦੁਆਰ 'ਚੋਂ ਫਿਰ ਇੱਥੇ ਆਇਆ ਇੱਥੇ ਆਣ ਕੇ ਪਾਉਣ ਨਾਲ ਮਿਲਿਆ ਹੁਣ ਇਧਰੋਂ ਫਿਰ ਆਪਾਂ ਪਾਉਣ 'ਚ ਮਿਲਾਇਆ ਫਿਰ ਰਸਤਾ ਪਾੜਨੇ ਆਪਾਂ ਵੀ ਸ਼ਬਦ ਪਕੜਾਇਆ ਇੱਥੇ ਸ਼ਬਦ ਸੁਣਿਆ ਇੱਥੋਂ ਸ਼ਬਦ ਤੇਜ਼ ਹੋਇਆ ਤੇ ਸ਼ਬਦ ਨੂੰ ਛੱਡ ਕੇ ਫਿਰ ਮਾਲਕ ਕੋਲੇ ਚਲਾ ਗਿਆ ਸਮਝ ਲੱਗੀ ਜੀ ਜਦੋਂ ਮਾਲਕ ਦੇ ਨਾਲ ਇੱਕ ਹੋ ਗਿਆ ਫਿਰ ਸ਼ਬਦ ਆਪਣੇ ਆਪ ਪਿੱਛੇ ਲੈ ਗਿਆ ਉਹ ਇੱਥੇ ਆਣ ਕੇ ਉਹ ਨਾਮ ਵੀ ਬਿਸਰ ਜਾਂਦਾ ਹੈ ਪਹਿਲਾਂ ਵਾਹਿਗੁਰੂ ਸ਼ਬਦ ਜਪਿਆ ਪੌਣ ਵਿੱਚ ਮਿਲੇ ਫਿਰ ਆਪਾਂ ਵਾਹਿਗੁਰੂ ਸ਼ਬਦ ਕਲੀਅਰ ਹੋ ਗਿਆ ਸਾਫ਼ ਸੁਣਨ ਲੱਗ ਗਿਆ ਫਿਰ ਸ਼ਬਦ ਸੁੰਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਬੰਦ ਕਰ ਦਿੱਤਾ ਕਿਉਂਕਿ ਅਸੀਂ ਲੋਕ ਵਿੱਚੋਂ ਨਿਕਲ ਕੇ ਪਰਲੋਕ ਵਾਲੀ ਭਾਸ਼ਾ ਨੂੰ ਸੁੰਣਾ ਸ਼ੁਰੂ ਕਰ ਦਿੱਤਾ ਤੇ ਪਰਲੋਕ ਵਾਲੀ ਜਿਹੜੀ ਭਾਸ਼ਾ ਹੈ ਉਹ ਮਾਲਕ ਦੀ ਹੈ ਤੁਨ ਹੈ ਉਹ ਫਿਰ ਤੁਨ ਸਾਨੂੰ ਫਿਰ ਮਾਲਕ ਕੋਲੇ ਲੈ ਜਾਂਦੀ ਆ ਮੂਲ ਕੋਲੇ ਲੈ ਜਾਂਦੀ ਆ ਉਹ ਆਪਦੇ ਕੋਲੇ ਲੈ ਜਾਂਦਾ ਸਮਝ ਗਏ ਕਿ ਨਹੀਂ ਫਿਰ ਉਦੋਂ ਜਿਹੜੀ ਆਵਾਜ਼ ਆ ਨਾਮ ਸ਼ਬਦ ਤੁਨ ਉਹ ਵੀ ਪਿੱਛੇ ਰਹਿ ਜਾਂਦੀ ਆ ਤੇ ਪਿਓ ਪੁੱਤ ਇਕੱਠੇ ਹੋ ਜਾਂਦੇ ਤੇ ਉਹ ਆਵਾਜ਼ ਇੱਧਰ ਰਹਿ ਜਾਂਦੀ ਤੇ ਉਹਨੇ ਨਹੀਂ ਉਹਨੇ ਤਾਂ ਚਲੀ ਜਾਣਾ ਸਾਡੇ ਲਈ ਉਹਨੇ ਸਮੇਲੇ ਇੱਕ ਦਿਨ ਜਿੱਦਨ ਸਵਾਸ ਖਤਮ ਹੋਣਗੇ ਸਰੀਰ ਛੱਡ ਕੇ ਜਾਵਾਂਗੇ ਹਾਂਜੀ ਉਦੋਂ ਵੀ ਉਹ ਜਿਹੜੀ ਆਵਾਜ਼ ਹੈ ਸ਼ਬਦ ਹੈ ਉਹ ਭਲਾ ਕਿੱਥੇ ਚਲੀ ਜਾਊਗੀ ਉਹ ਸੱਚ ਵਿੱਚ ਚਲੀ ਜਾਏਗੀ ਕਿੱਥੇ ਚਲੀ ਜਾਏਗੀ ਜੀ ਉਹ ਸੱਚ ਵਿੱਚ ਚਲੀ ਜਾਏਗੀ ਇਧਰੋਂ ਸਾਡੇ ਜਿਹੜੇ ਸਾਰੇ ਜਿਹੜੇ ਉਹ ਤਤ ਨੇ ਉਹ ਜਿਹੜੇ ਖਿਲਰ ਜਾਣਗੇ ਉਹ ਨਾਮ ਦੇ ਕਰਕੇ ਹੀ ਉਹ ਤਤ ਜਿਹੜੇ ਹੋਏ ਨੇ ਉਹ ਪਕੜ ਵਿੱਚ ਨੇ ਜੁੜੇ ਹੋਏ ਨੇ ਤੇ ਜਦੋਂ ਨਾਮ ਨੇ ਤਤਾਂ ਨੂੰ ਛੱਡਿਆ ਤੇ ਨਾਮ ਚਲਾ ਗਿਆ ਸੱਚ ਵਿੱਚ ਮੀਨਜ ਪ੍ਰਕਾਸ਼ ਵਿੱਚ ਤੇ ਇਧਰ ਤਤ ਖਿਲਰ ਗਏ ਵਾਰੀ ਵਾਰੀ ਤਤ ਖਿਲਰ ਗਏ ਤੇ ਹੁਣ ਜਿਉ ਚਾਵੇ ਕਈ ਵਾਰੀ ਇੱਕ 24 ਘੰਟਿਆਂ ਬਾਅਦ ਲਾ ਲਓ 12 ਘੰਟਿਆਂ ਬਾਅਦ ਲਾ ਲਓ ਦੁਬਾਰਾ ਕਈਆਂ ਨੂੰ ਫੇਰ ਸਾਹ ਦੇਣੇ ਸ਼ੁਰੂ ਕਰ ਦਿੰਦਾ ਮਾਲਕ ਤੇ ਕਈ ਬੰਦੇ ਕਹਿੰਦੇ ਆ ਨਾ ਵੀ ਅਸੀਂ ਦੁਬਾਰਾ ਜਿੰਦਾ ਹੋ ਗਏ ਕਈ ਕਹਿੰਦੇ ਧਰਮ ਰਾਏ ਨੂੰ ਭੁਲੇਖਾ ਲੱਗ ਗਿਆ ਇਹ ਗੱਲਾਂ ਬਣਾਈਆਂ ਨੇ ਕੋਈ ਮਾਲਕ ਨੂੰ ਭੁਲੇਖਾ ਲੱਗ ਸਕਦਾ ਜੀ ਕਿ ਕਿਸੇ ਹੋਰ ਨੂੰ ਲਿਆਉਣਾ ਸੀ ਹਰ ਇੱਕ ਦੇ ਉੱਪਰ ਤਾਂ ਬੈਠਾ ਹੈ ਹਦੀ ਸਾਰਿਆਂ ਦੇ ਉੱਪਰ ਬੈਠਾ ਹੈ ਤੇ ਉਹਨੂੰ ਸਾਰਿਆਂ ਦਾ ਪਤਾ ਨਹੀਂ ਜਿਹੜਾ ਸਾਹ ਦੇ ਕੇ ਦੇਖ ਰਿਹਾ ਉਹਨੂੰ ਭੁਲੇਖਾ ਲੱਗ ਸਕਦਾ ਹੈ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਾਸ ਗਰਾਹ ਲੇਖੋ ਗੱਲਾਂ ਬਣਾਈਆਂ ਕਹਿੰਦੇ ਜੀ ਉਹਨੂੰ ਭੁਲੇਖਾ ਲੱਗ ਗਿਆ ਕਿਸੇ ਹੋਰ ਨੂੰ ਲਿਆਉਣਾ ਸੀ ਲੈ ਕੇ ਕਿਸੇ ਹੋਰ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਉਹ ਕੀ ਹੁੰਦਾ ਜਿਹੜੇ ਬੱਚੇ ਨੂੰ ਇਸ ਤਰ੍ਹਾਂ ਹੁੰਦਾ ਆ ਉਹਦੇ ਨਾਲ ਪਿਆਰ ਹੁੰਦਾ ਮਾਲਕ ਦਾ ਉਹਦੇ ਨਾਲ ਜਿਵੇਂ ਉਹ ਜਰਮਨਜੀਤ ਸਿੰਘ ਨੇ ਵੀਡੀਓ ਪਾਈ ਹੋਈ ਗੋਰੇ ਦੇ ਮਨ ਨਾਲ ਪਿਆਰ ਸੀ ਨਾ ਤੇ ਦੇਖੋ ਉਹਨੂੰ ਸਮੁੰਦਰ ਦੇ ਵਿੱਚ ਉਹ ਡੁੱਬਣ ਲੱਗੇ ਨੂੰ ਹੈਨਾ ਤੇ ਮਾਲਕ ਲੈ ਗਿਆ ਕਹਿੰਦੇ ਸਰੀਰ ਢਿੱਲਾ ਛੱਡ ਪੁੱਤ ਫਿਕਰ ਨਾ ਕਰ ਹੈਨਾ ਤੇ ਇਸੇ ਤਰ੍ਹਾਂ ਜਿਹਦੇ ਨਾਲ ਪਿਆਰ ਹੁੰਦਾ ਹੈ ਮਾਲਕ ਦਾ ਉਹ ਮਨ ਬੱਚੇ ਨੂੰ ਮਾਲਕ ਹੈਨ ਆਪਦੇ ਕੋਲੇ ਸੱਦ ਲੈਂਦਾ ਸੱਦ ਕੇ ਉਹਨੂੰ ਦਿਖਾਉਂਦਾ ਪੁੱਤ ਭੇਜਿਆ ਕਿਹੜੇ ਕੰਮ ਸੀ ਤੂੰ ਕੀ ਕਰਨ ਲੱਗ ਗਿਆ ਜਾ ਕੇ ਹਾਂਜੀ ਭੇਜਿਆ ਤਾਂ ਦਿਨ ਉਹ ਸੀਗੇ ਤੂੰ ਮੈਨੂੰ ਮਿਲ ਵੀ ਮੈਂ ਲੁਕ ਜਾਣਾ ਤੂੰ ਮੈਨੂੰ ਲੱਭ ਤੇ ਤੂੰ ਮੈਨੂੰ ਲੱਭਿਆ ਹੀ ਨਹੀਂ ਆਪਣਾ ਕਿੰਨਾ ਪਿਆਰ ਸੀ ਉਹਨੂੰ ਜਦੋਂ ਯਾਦ ਆਈ ਉਹਦਾ ਮਨ ਜਾਗ ਗਿਆ ਹੈਨਾ ਜਿਸ ਜਗਾਏ ਪਿਆਵੈ ਇਹ ਰਸ ਅਕਥ ਕਥਾ ਤੈਨ ਜਾਣੀ ਕਹਿੰਦੇ ਜਦੋਂ ਉਹਨੂੰ ਪਤਾ ਲੱਗਾ ਕਿ ਇਹ ਮੇਰਾ ਤਾਂ ਅਸਲੀ ਮਾਲਕ ਆ ਤੇ ਮੈਂ ਤਾਂ ਇਹਨੂੰ ਭੁੱਲ ਗਿਆ ਜਾ ਕੇ ਫਿਰ ਉਹ ਬੱਚਾ ਬੇਨਤੀ ਕਰਦਾ ਉਥੇ ਕਹਿੰਦਾ ਸੱਚੇ ਪਾਤਸ਼ਾਹ ਉਦੋਂ ਤਾਂ ਚਲੋ ਮੈਂ ਭੁੱਲ ਗਿਆ ਹੁਣ ਨਹੀਂ ਮੈਂ ਭੁੱਲਦਾ ਇੱਕ ਵਾਰੀ ਮੈਨੂੰ ਫੇਰ ਭੇਜ ਦਿਓ ਉਹ ਪਿਆਰ ਵਿੱਚ ਮਾਲਕ ਕਹਿੰਦਾ ਚੱਲ ਜਾ ਫਿਰ ਉਹਨੂੰ ਸਾਥ ਦੇਣੇ ਸ਼ੁਰੂ ਕਰ ਦਿੰਦਾ ਜਿਹੜਾ ਇਤੋਂ ਸਾਹ ਰੋਕ ਸਕਦਾ ਤੇ ਉਹ ਸਾਹ ਭਾ ਵੀ ਸਕਦਾ ਜੋ ਬਿਨਾਂ ਸਵਾਸਾਂ ਤੋਂ ਰੱਖ ਸਕਦਾ ਪ੍ਰਭ ਭਾਵੇ ਬਿਨ ਸਾਸ ਦੇ ਰੱਖੇ ਤੋ ਕੀ ਨਹੀਂ ਕਰ ਸਕਦਾ ਹੰਨੀ ਤੇ ਉਹਨੇ ਸਾਹ ਫੇਰ ਦੇਣੇ ਸ਼ੁਰੂ ਕਰ ਦਿੱਤੇ ਤੇ ਉਹ ਮਨ ਫਿਰ ਬਾਡੀ ਨਾਲ ਸੰਪਰਕ ਹੋ ਗਿਆ ਸਮਝ ਲੱਗੀ ਜੀ ਤੇ ਜਦੋਂ ਇੱਧਰ ਆਇਆ ਕਈ ਵਾਰੀ ਫਿਰ ਭੁੱਲ ਜਾਂਦਾ ਕਈਆਂ ਨੂੰ ਚੇਤਾ ਰਹਿ ਜਾਂਦਾ ਤੇ ਫਿਰ ਕਈ ਇੱਧਰ ਆਣ ਕੇ ਉਹ ਫਿਰ ਕਿਸੇ ਤੋਂ ਸ਼્યોਰ ਕਰਾਉਣ ਵਾਸਤੇ ਸੰਤਾ ਮਹਾਤਮਾ ਲਾਭ ਦੇ ਕਈ ਵਾਰੀ ਉਹਨਾਂ ਨੂੰ ਕੋਈ ਸਹੀ ਮਿਲਦਾ ਹੈ ਕਈ ਵਾਰੀ ਨਹੀਂ ਸਹੀ ਮਿਲਦਾ ਉਹ ਫਿਰ ਉੱਥੇ ਰਹਿ ਜਾਂਦੇ ਆ ਇੱਧਰ ਆਣ ਕੇ ਫਿਰ ਕੀ ਕਰਨਾ ਹੁੰਦਾ ਉਹਨਾਂ ਨੇ ਆਪ ਜਪਣਾ ਹੁੰਦਾ ਤੇ ਦੂਸਰਿਆਂ ਨੂੰ ਜਪਾਉਣਾ ਹੁੰਦਾ ਆਹ ਡਿਊਟੀ ਕਰਨੀ ਹੁੰਦੀ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰੋ ਸਿਮਰ 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 ਸੁਖ ਪਾਵੋ ਆਪ ਜਪੋ ਤੇਰਾ ਨਾਮ ਜਪਾਵੋ ਕਰਨਾ ਤੇ ਇਹ ਸੀ ਮਾਲਕ ਦੇ ਗੁਣ ਗਾਉਣੇ ਸੀ ਮੈਂ ਦੂਸਰਿਆਂ ਨੂੰ ਦੱਸਣਾ ਸੀ ਜਿਨ੍ਹਾਂ ਨੂੰ ਨਹੀਂ ਸੀ ਪਤਾ ਮਾਲਕ ਦਾ ਭੁੱਲ ਗਏ ਸੀਗੇ ਉਹਨਾਂ ਨੂੰ ਦੱਸਣਾ ਸੀ ਪਿਆਰ ਨਾਲ ਵੀ ਮੈਂ ਜਾ ਕੇ ਆਇਆ ਉਹ ਉੱਥੇ ਆ ਕੁਝ ਮੈਂ ਦੇਖਿਆ ਵੀ ਮੈਨੂੰ ਤਾਂ ਭੇਜਿਆ ਵੀ ਮੈਂ ਵੀ ਜਾ ਜਾ ਕੇ ਜਿਹੜਾ ਅਸਲੀ ਕੰਮ ਉਹ ਕਰ ਤੇ ਵੀ ਹੁਣ ਮੈਂ ਆਪਦੇ ਦੋਸਤਾਂ ਮਿੱਤਰਾਂ ਨੂੰ ਪਰਿਵਾਰਦਿਆਂ ਨੂੰ ਕਹਿੰਦਾ ਵੀ ਤੁਸੀਂ ਵੀ ਨਾਮ ਜਪੋ ਇਸੇ ਤਰ੍ਹਾਂ ਮੈਂ ਇੱਕ ਕਹਾਣੀ ਸੁਣਾਉਣਾ ਤੁਹਾਨੂੰ ਭਾਈ ਸਾਹਿਬ ਜੀ ਦੇ ਹੁੰਦਿਆਂ ਦੀ ਗੱਲ ਇੱਕ ਕੋਈ ਹੰਬੜਾ ਕਰਨੀ ਇੱਧਰ ਕੋਈ ਗੁਰਮੁਖ ਢਿੱਲਾ ਹੋ ਗਿਆ ਤੇ ਉਹ ਸੰਗਤ ਦੇ ਨਾਲ ਲਿੰਕ ਸੀ ਤੇ ਉਹ ਕਹਿੰਦੇ ਚਲੋ ਭਾਈ ਸਾਹਿਬ ਨੂੰ ਮਲਾ ਦਈਏ ਉਹਨੂੰ ਨੋ ਬਿਮਾਰ ਹੋਏ ਤੇ ਉਹਨੂੰ ਗੱਡੀ ਦੇ ਵਿੱਚ ਬਾਕੇ ਇਥੇ ਮੋਗੇ ਲਿਆਂਦਾ ਤੇ ਭਾਈ ਸਾਹਿਬ ਕੁਦਰਤੀ ਮਿਲ ਗਏ ਅਚਾਨਕ ਜਿਵੇਂ ਪਤਾ ਹੀ ਹੁੰਦਾ ਤੇ ਉਹ ਅੱਗੇ ਆ ਗਏ ਤੇ ਗੱਡੀ ਤੇ ਗੱਡੀ ਦਾ ਜਦੋਂ ਉਹਨਾਂ ਨੇ ਸ਼ੀਸ਼ਾ ਖੋਲ੍ਹਿਆ ਤੇ ਭਾਈ ਸਾਹਿਬ ਨੇ ਅੱਖ ਨਿਗਾ ਮਾਰੀ ਕਹਿੰਦੇ ਜੀ ਸਿਮਰਨ ਕਰਾਓ ਇਹਨਾਂ ਨੂੰ ਹਨਾ ਮੁਕਤੀ ਗੱਲ ਜੀ ਉਹ ਘਰੇ ਆ ਗਏ ਉੱਥੋਂ ਹੋ ਕੇ ਘਰੇ ਆ ਗਏ ਬਾਅਦ ਚ ਉਹਨਾਂ ਦੇ ਭੈਣਾ ਭਰਾਵਾਂ ਨੇ ਦੱਸਿਆ ਕਰਿਆਣ ਕਿ ਉਹ ਜਿਵੇਂ ਸਿਮਰਨ ਦੱਸਿਆ ਸੀ ਉਵੇਂ ਸਿਮਰਨ ਕੀਤਾ ਇਹਨੂੰ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੋ ਗਿਆ ਤੇ ਉਹ ਘਰ ਦੇ ਨੂੰ ਆਵਾਜ਼ ਮਾਰਦਾ ਕਹਿੰਦਾ ਗੱਲ ਸੁਣੋ ਆਪਣੇ ਕੋਠੇ ਦੀ ਛੱਤੀ ਹੈ ਨਹੀਂ ਕਿਉਂਕਿ ਪ੍ਰਕਾਸ਼ ਦਿਸਣ ਲੱਗ ਗਿਆ ਕਹਿੰਦਾ ਛੱਤ ਹੈ ਨਹੀਂ ਆਪਣੇ ਕੋਠੇ ਦੀ ਕੀ ਗੱਲ ਹੋ ਗਈ ਉਹ ਕਹਿੰਦੀ ਚੰਗੀ ਭਲੀ ਛੱਤ ਹੈਗੀ ਆ ਫਿਰ ਉਹਨੂੰ ਮਾਲਕ ਨੇ ਪਿੱਛੋਂ ਘੜ ਦਿਖਾਇਆ ਦੇਖ ਲਓ ਐਂਡ ਦੇ ਸਮੇਂ ਤੇ ਥੋੜਾ ਜਿਹਾ ਸਮਾਂ ਰਹਿੰਦਾ ਸੀ ਉਹ ਉਹਨਾਂ ਉਸ ਟਾਈਮ ਤੇ ਕਿਰਪਾ ਹੋਣੀ ਸੀ ਨਾ ਸਮਾਂ ਉਹ ਤੋਂ ਹੀ ਆਉਣਾ ਸੀ ਹੁੰਦਾ ਤੇ ਫਿਰ ਘਰ ਦੀ ਨਵਾਜ਼ ਮਾਰਦਾ ਕਹਿੰਦਾ ਗੱਲ ਸੁਣ ਉਹ ਰਿਆਤ ਆਪ ਮੈਂ ਤੈਨੂੰ ਦੱਸਾਂ ਤੂੰ ਆਪਣਾ ਪਹਿਲਾ ਸਹਜੋਕੀ ਸੀ ਬੱਚਿਆਂ ਨੂੰ ਆਵਾਜ਼ ਮਾਰੀ ਕਹਿੰਦਾ ਉਹ ਉਹਨਾਂ ਨੇ ਕਹਿ ਕਿ ਨਹੀਂ ਉਹੀ ਕਰੀ ਜਾਂਦਾ ਹੈਨਾ ਐਵੇਂ ਹੀ ਨਹੀਂ ਕਰਦਾ ਉਹਦੋਂ ਕੋਲੇ ਸੁਣਨੀ ਚਾਹੀਦੀ ਗੱਲ ਉਹ ਫਿਰ ਉਹ ਬਾਤ ਥੋੜੀ ਤੇ ਬਾਸਰੀ ਛੱਡ ਗਿਆ ਦੇਖ ਇਸੇ ਤਰ੍ਹਾਂ ਇੱਕ ਹੋਰ ਸੀ ਤੇ ਉਹ ਕੋਈ ਨਸ਼ਾ ਕਰਦਾ ਸੀਗਾ ਤੇ ਉਹ ਘਰੇ ਸਿਮਰਨ ਸਿੱਖ ਲਿਆ ਉਹਨੇ ਤੇ ਉਹ ਘਰੇ ਜਾ ਕੇ ਸਿਮਰਨ ਲੱਗ ਗਿਆ ਇੰਨਾ ਸਿਮਰਨ ਕੀਤਾ ਪਿਆਰ ਨਾਲ ਉਹਨੇ ਉਹਦਾ ਮਨ ਪਾਰਦਰਸ਼ੀ ਹੋ ਗਿਆ ਜਿਵੇਂ ਉਹ ਕਮਰੇ ਦੇ ਵਿੱਚ ਸਿਮਨ ਕਰਦਾ ਤੇ ਇਧਰ ਵਿੜਾ ਤੇ ਉਹ ਵਿੜੇ ਦੇ ਵਿੱਚ ਉਹਦੀ ਬੇਟੀ ਝਾੜੂ ਮਾਰਦੀ ਉਹਨੂੰ ਇੱਥੇ ਬੈਠੀ ਦੇਸੀ ਵੀ ਬੇਟੀ ਸਫਾਈ ਕਰਦੀ ਪਈ ਉਹ ਕਹਿੰਦਾ ਮੈਂ ਕਮਰੇ 'ਚ ਬੈਠਾ ਬੇਟੀ ਸਾਹਮਣੇ ਦੇਸੀ ਜਾਂਦੀ ਉਹ ਪਾਰਦਰਸ਼ੀ ਹੋ ਗਿਆ ਨਾ ਤੇ ਜਦੋਂ ਦੇਖਿਆ ਵੀ ਬਾਕਿਆਂ ਬੇਟੀ ਨਾ ਸੱਚ ਉਹਥੇ ਬੈਠੀ ਤੇ ਉਹਦੇ ਖਿਆਲ ਆਇਆ ਵੀ ਮੈਂ ਆਪਦਾ ਖੇਤ ਜਾ ਕੇ ਦੇਖਾਂ ਸਰੀਰ ਉੱਥੇ ਹੀ ਹੈ ਤੇ ਸੁਰਤੀ ਖੇਤ ਚਲੇ ਗਈ ਖੇਤ ਚੋਰੀ ਕੋਈ ਪੱਠੇ ਵੱਢਦਾ ਸੀ ਉਹਦੇ ਉਹਨੇ ਸਾਈਕਲ ਚੱਕਿਆ ਤੇ ਉਹ ਉਹਦੇ ਕੋਲੇ ਚਲਾ ਗਿਆ ਕਹਿੰਦਾ ਵੀ ਉਹਨੇ ਆਪਦੀ ਤਸੱਲੀ ਕੀਤੀ ਵੀ ਵਾਕਿਆ ਗਾਂ ਚੋਰੀ ਕੋਈ ਉਹਦੇ ਪੱਠੇ ਵੜਦੇ ਹੁੰਦੇ ਖੇਤ ਚ ਐ ਮਨ ਪਾਰਦਰਸ਼ੀ ਹੋ ਜਾਂਦਾ ਕਈ ਵਾਰੀ ਜਦੋਂ ਏਜ ਜ਼ਿਆਦਾ ਨਹੀਂ ਹੋ ਜਾਂਦੀ ਕਈਆਂ ਦੀ ਬਜ਼ੁਰਗਾਂ ਦੀ ਤੇ ਉਹ ਕਹਿੰਦੇ ਜੀ ਮੈਨੂੰ ਆ ਪਸ਼ੂ ਦੇਖਦੇ ਨੇ ਮੈਨੂੰ ਆ ਜਾਨਵਰ ਦੇਖਦੇ ਨੇ ਉਹ ਪਾਰਦਰਸ਼ੀ ਹੋ ਜਾਂਦੇ ਜੀ ਕੀ ਹੋ ਜਾਂਦੇ ਜੀ ਪਾਰਦਰਸ਼ੀ ਹੋ ਜਾਂਦੇ ਤੇ ਉਹ ਸੂਖਮ ਆਕਾਰ ਜਿਹੜੇ ਨੇ ਉਹ ਦਿਸਣ ਲੱਗ ਜਾਂਦੇ ਤੇ ਅੱਜ ਸਾਨੂੰ ਵੀ ਕੋਈ ਫੋਨ ਆਇਆ ਸੀ ਇਹ ਮੈਸੇਜ ਆਇਆ ਸੀ ਕਹਿੰਦੇ ਵੀ ਐ ਜਾਨਵਰ ਜਿਆਦਾ ਦਿਖਦੇ ਨੇ ਵੀ ਐ ਕਰਕੇ ਤੇ ਮੈਂ ਇਹ ਜੀ ਡਰਨਾ ਨਹੀਂ ਆਪਾਂ ਕਈ ਵਾਰੀ ਇਹ ਕਾਰ ਲਿਆ ਹੁੰਦਾ ਇਸ ਕਾਰ ਚੋਂ ਨਿਕਲੇ ਉਹ ਦਿਖਾਈ ਦਿਖਾ ਦਿੰਦਾ ਮਾਲਕ ਇਹ ਰੀਲ ਆਪਾਂ ਅੱਗੇ ਕਥਾ ਕਰਦੇ ਦਾ ਦਿੰਦੇ ਨੇ ਨਾ ਰੀਲ ਆ ਪਹਿਲਾਂ ਇਹ ਰੀਲ ਚੜ੍ਹਦੀ ਗਈ ਜੂਨਾ 84 ਲੱਖ ਜੂਨ ਦੀ ਰੀਲ ਚੜ੍ਹਦੀ ਗਈ 1 ਜੂਨ ਚੋਂ ਦੂਸਰੀ ਤੀਸਰੀ ਚੌਥੀ ਐ ਚੜ੍ਹਦੀ ਗਈ ਜਦੋਂ ਭਗਤੀ ਕੀਤੀ ਉਹ ਰੀਲ ਉਧੜਨੀ ਲੱਗੀ ਫਿਰ ਮਾਲਕ ਦਿਖਾਉਂਦਾ ਕਿਸੇ ਟਾਈਮ ਆ ਵੀ ਜਨਮ ਲਿਆਇ ਉਹ ਅੱਗੇ ਆਉਂਦਾ ਐ ਹਟ ਜਾਂਦਾ ਆਕਾਰ ਨਹੀਂ ਆਉਂਦਾ ਕਈ ਵਾਰੀ ਐ ਬੈਠੇ ਹੁੰਨੇ ਅੱਗੇ ਕੋਈ ਆਕਾਰ ਆਇਆ ਤੇ ਹਟ ਗਿਆ ਤੇ ਕਈ ਵਾਰੀ ਸੁੱਤਿਆਂ ਪਿਆ ਆਪਾਂ ਨੂੰ ਬਲਦ ਦਿਖਦਾ ਜਾਂ ਕੋਈ ਹੋਰ ਜਾਨਵਰ ਜਿੰਦੇ ਤੋਂ ਆਪਾਂ ਡਰਦੇ ਆ ਸੁਪਨੇ ਚ ਕੋਈ ਪੰਛੀ ਜਾਨਵਰ ਮਿਲਿਆ ਆਪਾਂ ਡਰਦੇ ਆ ਉਹਨਦੇ ਤੋਂ ਆਪਾਂ ਨਿਕਲੇ ਹੁੰਨੇ ਆ ਕਿਸੇ ਟਾਈਮ ਉਹ ਸਹੀ ਬਾਡੀ ਲਈ ਹੁੰਦੀ ਆ ਮਨ ਤਾਂ ਉਹੀ ਹੁੰਦਾ ਨਾ ਮਨ ਤਾਂ ਮਰਦਾ ਨਹੀਂ ਮਹਾਰਾਜ ਦੀ ਬਾਣੀ ਚ ਮੋਹ ਲੱਗੀ ਆ ਮਨ ਜੋਤ ਸਰੂਪ ਆ ਮਾਰਾ ਕਹਿੰਦੇ ਜੋਤੂ ਹੁ ਜੁਗਤ ਸائیں ਸائیں ਕਾਇਆ ਫਿਰ ਪਲਟੀ ਐ ਕਾਇਆ ਮਿੰਜ ਬੋਡੀ ਇਹ ਸਰੀਰ ਬਦਲ ਦਿੱਤਾ ਜਾਂਦਾ ਮਨ ਉਹੀ ਹੁੰਦਾ ਤੇ ਇਸ ਕਰਕੇ ਉਸੇ ਮਨ ਨੂੰ ਫਿਰ ਉਹ ਆਪਦੇ ਜਿਹੜੇ ਪਹਿਲਾਂ ਦੇ ਆਕਾਰ ਲੈ ਹੁੰਦੇ ਨੇ ਉਹ ਉੱਦਣ ਲੱਗ ਜਾਂਦੀ ਰੀਲ ਤੇ ਉਹ ਦਿਸਣ ਲੱਗ ਜਾਂਦੇ ਤੇ ਆਪਾਂ ਉਹ ਡਰਦੇ ਰਹਿੰਦੇ ਆ ਹਾਂਜੀ ਕਈ ਕਹਿੰਦੇ ਜੀ ਇਹ ਚੰਗੇ ਨਹੀਂ ਹੁੰਦੇ ਮੈਨੂੰ ਕਿਸੇ ਨੇ ਕਿਹਾ ਤੇ ਮੈਂ ਹਾਂ ਜੇ ਜੇ ਹੁਣ ਤੁਸੀਂ ਆਪਦੇ ਆਪ ਨੂੰ ਚੰਗੇ ਨਹੀਂ ਸਮਝਦਾ ਤਾਂ ਫਿਰ ਸਮਝੀ ਚਲੋ ਆਪ bailaਕਾਰ ਤੇ ਇਸ ਕਰਕੇ ਡਰ ਨੀ ਰੱਖਣਾ ਕੋਈ ਵਹਿਮ ਨਹੀਂ ਕਰਨਾ ਆਪਦਾ ਸਿਮਰਨ ਕਰੋ ਹੁਣ ਆਕਾਰਾਂ ਚ ਨਾ ਜਾਈਏ ਹੁਣ ਆਕਾਰ ਮੇਂ ਦੇ ਸਰੀਰਾਂ ਚ ਨਾ ਜਾਈਏ ਜੂਨਾ ਚ ਨਾ ਆਈਏ ਹੁਣ ਸੱਚ ਚ ਸਮਾਈਏ ਇਸ ਕਰਕੇ ਜਦੋਂ ਮੌਕਾ ਲੱਗੇ ਵਾ ਗੁਰੂ ਦੀ ਧੁਨ ਵਿੱਚ ਧਿਆਨ ਜਦੋਂ ਮੌਕਾ ਲੱਗੇ ਅਨਹਦ ਧੁਨ ਵਿੱਚ ਧਿਆਨ ਤੇ ਜਦੋਂ ਮੌਕਾ ਲੱਗੇ ਤੇ ਅਨਹਦ ਮਾਲਕ ਤੇ ਉਹਨੂੰ ਦੇਖੋ ਪ੍ਰਕਾਸ਼ਮਾਨ ਮਾਲਕ ਨੂੰ ਦੇਖੋ ਉਹਦੇ ਵਿੱਚ ਅ ਜੇ ਹੁਣ ਤੋਂ ਅਸੀਂ ਕਰਾਂਗੇ ਤਾਂ ਸਾਡਾ ਉਹਦੇ ਨਾਲ ਪਿਆਰ ਪੈ ਜਾਵੇਗਾ ਫਿਰ ਸਾਨੂੰ ਕੋਈ ਹੋਰ ਆਕਾਰ ਨਹੀਂ ਲੈਣਾ ਪਵੇਗਾ ਅ ਕਹਿੰਦੇ ਨਾ ਅੰਤ ਕਾਲ ਜੋ ਨਾਰਾਇਣ ਸਿਮਰੇ ਬਦਰ ਤ੍ਰਲੋਚਨ ਤੇ ਨਰਮੁਗਤਾ ਪਤੰਬਰ ਵਾਕੇ ਰਿਧੇ ਵਸੇ ਤੁਸੀਂ ਉਸ ਨੂੰ ਵਿਸਾਓ ਆਪਣੇ ਮਨ ਵਿੱਚ ਰਿਧੇ ਮਿਲ ਗਈ ਮਨ ਵਿੱਚ ਇੱਥੇ ਵਿਸਾਓ ਮਾਲਕ ਨੂੰ ਪ੍ਰਕਾਸ਼ ਜੀ ਨੂੰ ਤੇ ਆਪਾਂ ਦੁਬਾਰਾ ਜੂਨਾ ਚ ਨਹੀਂ ਆਵਾਂਗੇ ਕਿਉਂਕਿ ਅਸੀਂ ਨਾਰਾਇਣ ਨੂੰ ਸਿਮਰਦੇ ਆਂ ਨਾਰਾਇਣ ਮੇਨ ਜਵਾ ਗੁਰੂ ਨਾਰਾਇਣ ਜੀ ਮਾਲਕ ਰੱਬ ਠੀਕ ਹੈ ਨਹੀਂ ਤੇ ਉਹਨੂੰ ਸਿਮਰਦੇ ਆਂ ਤੇ ਆਓ ਫਿਰ ਆਪਾਂ ਮਾਲਕ ਨੂੰ ਸਿਮਰ ਗਏ ਜਿਹੜਾ ਮਨ ਸਾਡਾ ਪਾਉਣ ਨੂੰ ਛੱਡ ਕੇ ਸੁਖਮ ਵਿਚਾਰਾਂ ਦੇ ਵਿੱਚ ਗਿਆ ਸੀ ਪਾਉਣ ਨੂੰ ਛੱਡ ਕੇ ਉਹਨੂੰ ਫਿਰ ਪਾਉਣ ਵਿੱਚ ਮਲਾਈਏ ਪਾਉਣ ਵਿੱਚ ਮਲਾ ਕੇ ਫਿਰ ਪਾਉਣ ਛਡਾ ਕੇ ਇਹਨੂੰ ਅਨਹਦ ਸ਼ਬਦ ਸੁਣਾਈ ਸਨਾਈ ਜਿੱਥੇ ਦਿੰਦਾ ਹੈ ਉਥੇ ਇਹਨੂੰ ਦਰ ਤੇ ਭਾਈਏ ਵੀ ਅੱਗੇ ਮਾਲਕ ਫਿਰ ਇਹਨੂੰ ਆਪਣੀ ਬੁੱਕਲ ਵਿੱਚ ਲੈ ਲਵੇ ਆਓ ਫਿਰ ਪਾਉਣ ਵਿੱਚ ਕਿਵੇਂ ਮਿਲਣਾ ਵਾਹ ਗੁਰੂ ਇਸ ਤਰ੍ਹਾਂ ਕਰੋ ਸ਼ੁਰੂ ਜੀ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ